ਤੁਹਾਡੇ ਨਾਨਕ ਨਿਸ਼ਕਾਮ
What?
感謝します ਕੇ ਸਾਰੇ ਪੜ੍ਹੋ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਵੱਤ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਨੇ ਆਪਣੇ ਆਇਆਂ ਦੋ ਸ਼ਬਦ ਪੜ੍ਹੇ ਕੀਰਤਨ ਹੁੰਦਾ ਕੀਰਤਨ ਸੁਣਨ ਗੁਰੂ ਕੇ ਸਿੱਖ ਆਉਂਦੇ ਵੱਡੇ ਭਾਗ ਨੇ ਜਿਹੜਾ ਕੀਰਤਨ ਸੁਣਦਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਮੀਨ ਸ੍ਰੇਸ਼ਟ ਹੈ ਮੁਖੀ ਹੈ ਉਹ ਬੰਦਾ ਜਿਹੜਾ ਕੀਰਤਨ ਕਰਦਾ ਹੈ ਅਤੇ ਕੀਰਤਨ ਸੁਣਦਾ ਹੈ
ਕੀਰਤਨ ਦਾ ਸਿਫਤ, ਕੀਰਤੀ ਤੋਂ ਬਣਿਆ ਕੀਰਤਨ ਸ਼ਬਦ ਸਿਫਤ, ਰੱਬ ਦੀ ਸਿਫਤ ਕਰਨੀ। ਉਹ ਕਥਾ ਰਾਹੀਂ ਵੀ ਹੋ ਸਕਦੀ ਹੈ, ਅਖ ਵਾਹਿਗੁਰੂ, ਉਹ ਵਾਹਿਗੁਰੂ ਵਾਹਿਗੁਰੂ ਦੀ ਕੀਰਤ ਕਰਦਿਆਂ ਕਰਦਿਆਂ ਇਹਨੂੰ ਵੀ ਕੀਰਤਨ ਕਿਹਾ ਜਾ ਸਕਦਾ। ਕਰਨੀ ਹੈ ਸਿਫਤ, ਪਤਾ ਲੱਗ ਗਿਆ ਜੀ। ਕਲਯੁੱਗ ਵਿੱਚ ਸਭ ਤੋਂ ਸ੍ਰੇਸ਼ਠ ਕਰਮ ਹੈ ਕਲਯੁੱਗ ਵਿੱਚ ਕੀਰਤਨ ਸੁਣਨਾ ਅਤੇ ਕੀਰਤਨ ਕਰਨਾ। ਅਖ ਵਾਹਿਗੁਰੂ, ਵੇਖੋ ਜੇ ਤਾਂ ਭਾਗਾਂ ਵਾਲੇ ਹੋ, ਜਦੋਂ ਇਹ ਤੁਕ ਲਿਖੀ ਅਤੇ ਨਾਲ ਸਰਕਾਰ ਨੇ ਇੱਕ ਸ਼ਬਦ ਐਡ ਕੀਤਾ ਕੀਰਤਨ ਹੁੰਦੇ ਵਿੱਚ, ਕੀਰਤਨ ਕਰਨ ਵਿੱਚ। ਰਾਗੀ ਸਾਹਿਬਾਨਾਂ ਨੇ ਬੜਾ ਸੋਹਣਾ ਗਾਇਆ, ਵਜਤ 'ਚ ਗਾਇਆ। ਮੈਂ ਸੋਚਣ ਡਿਆ ਸਾਂ ਮੇਰੇ ਸਾਹਿਬ ਇਸ ਤਰ੍ਹਾਂ ਕੋਈ ਜਿੰਦ ਲਾ ਕੇ ਕੀਰਤਨ ਕਰੇ? ਕੀਰਤਨ ਐਵੇਂ ਨਹੀਂ ਹੁੰਦਾ, ਕੀਰਤਨ ਵਿੱਚ ਘੁਲਣਾ ਪੈਂਦਾ ਹੈ, ਕੀਰਤਨ ਵਿੱਚ ਜਿੰਦ ਜੋੜਨੀ ਪੈਂਦੀ, ਫਿਰ ਕੀਰਤਨ ਹੁੰਦਾ। ਗੁਰਮੁਖ ਜਪੀਐ ਲਾਏ ਧਿਆਨਾ, ਇਹ ਕੀਰਤਨ ਲਈ ਧਿਆਨ ਜੋੜਨਾ ਬੜਾ ਜ਼ਰੂਰੀ ਹੈ। ਮੈਂ ਤਾਂ ਪੜ੍ਹਿਆ ਸੀ ਵੀ ਆਪ ਜੀ ਨੂੰ ਪੁੱਛਿਆ ਵੀ ਦੋ ਸ਼ਬਦ ਪੜ੍ਹੇ ਨੇ ਤੁਹਾਡੇ 'ਚੋਂ ਕੁਝ ਦੱਸੋ, ਤੁਸੀਂ ਤਾਂ ਆਏ ਮਗਰੋਂ ਜੇ, ਜਿਹੜੇ ਜਿਹੜੇ ਪਹਿਲੋਂ ਬੈਠੇ ਸੀ ਵੀ ਭਾਈ ਸਾਹਿਬ ਨੇ ਦੋ ਸ਼ਬਦ ਪੜ੍ਹੇ ਨੇ ਆਪਣੇ ਮੇਰੇ ਅਤੇ ਤੁਹਾਡੇ ਸਾਹਮਣੇ। ਪਹਿਲਾਂ ਕੰਨਾਂ ਵਿੱਚ ਸ਼ਬਦ ਪਿਆ ਸੀ, ਜਾਗੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈ ਅਤ ਹੈ ਸੂਰਾ। ਅੱਖਰੀਆਂ ਇੱਥੋਂ ਦੇ ਯੁੱਗ, ਸਮਾਂ, ਸਮਾਂ ਕਿਹੜਾ? ਕਲ ਯੁੱਗ ਦਾ। ਇਸ ਵੇਲੇ ਲੋਕਾਂ ਨੂੰ ਚੁਗਲੀ ਦਾ ਰੰਗ ਲੱਗਾ ਹੈ, ਨਿੰਦਾ ਦਾ ਰੰਗ ਲੱਗਾ ਹੈ, ਕੱਪੜੇ ਪਾਉਣ ਦਾ ਰੰਗ ਲੱਗਾ ਹੈ, ਫੇਸਬੁੱਕ ਦਾ ਰੰਗ ਲੱਗਾ ਹੈ, ਯੂਟਿਊਬ ਦਾ ਲੱਗਾ ਹੈ, ਪਤਾ ਨਹੀਂ ਕੀ ਕੁਝ। ਰੰਗੇ ਤੇ ਕਿਸੇ ਕੰਮ 'ਚ ਰੰਗ ਬਣੇ ਹੁੰਦਾ ਪ੍ਰੇਮ। ਇੱਕ ਵਾਰ ਦੱਸੋ ਰੰਗ ਬਣੇ ਪ੍ਰੇਮ? ਕਿਸੇ ਨੂੰ ਫੇਸਬੁੱਕ ਨਾਲ ਪ੍ਰੇਮ ਆ, ਉਹ ਰੋਟੀ ਖਾਂਦਾ ਖਾਂਦਾ ਵੀ ਵੇਖ ਰਿਹਾ, ਇਹਨੂੰ ਪ੍ਰੇਮ ਕਹਿੰਦੇ। ਕਿਸੇ ਨੂੰ ਯੂਟਿਊਬ ਨਾਲ, ਉਹ ਗੱਡੀ 'ਚ ਬੈਠਾ ਯੂਟਿਊਬ ਲਾ ਕੇ ਬੈਠਾ, ਕੋਈ ਕੱਪੜੇ ਨਾਲ ਪ੍ਰੇਮ ਪਾ ਕੇ ਬੈਠਾ ਹੈ, ਕੋਈ ਪੈਸੇ ਨਾਲ ਪ੍ਰੇਮ ਪਾ ਕੇ ਬੈਠਾ ਹੈ, ਕੋਈ ਜਵਾਨੀ ਨਾਲ ਪ੍ਰੇਮ ਪਾ ਕੇ ਬੈਠਾ ਹੈ। ਮੇਰਾ ਪੰਜਵਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੋ ਜਹਾਨ ਦਾ ਮਾਲਕ ਕਹਿੰਦਾ, ਜਿਹਨੂੰ ਹਰੀ ਨਾਲ ਰੰਗ ਲੱਗਾ ਹੈ ਨਾ, ਰੰਗ ਬਣੇ ਕੀ ਦੱਸਿਆ? ਜਿਹਨੂੰ ਹਰੀ ਨਾਲ ਕਲਯੁੱਗ ਵਿੱਚ ਪਿਆਰ ਪੈ ਗਿਆ, ਦੁਨੀਆਂ ਦੇ ਲੋਕੋ ਸੂਰਮਾ ਉਹਨੂੰ ਨਾ ਕਹੋ ਜਿਹੜਾ ਪੈਸੇ ਬਹੁਤੇ ਕਮਾਉਂਦਾ ਹੈ, ਉਹਨੂੰ ਨਾ ਸੂਰਮਾ ਕਹਿਣਾ। ਸੂਰਮਾ ਉਹਨੂੰ ਨਾ ਕਹੋ ਜਿਹਨੇ ਪਲਾਟ ਬੜੇ ਮੱਲੇ ਨੇ, ਜਿਹਨੇ ਘਰ ਬੜੇ ਖਰੀਦੇ ਨੇ। ਅਖ ਵਾਹਿਗੁਰੂ, ਉੱਚੀ ਬੋਲੋ, ਸੁਚੇਤ ਹੋ ਕੇ ਬੋਲੋ। ਜਿਹਨੇ ਘਰ ਬੜੇ ਖਰੀਦੇ ਨੇ, ਪ੍ਰੋਪਰਟੀਆਂ ਲੈ ਕੇ ਰੱਖ ਲਈਆਂ, ਉਹ ਸੂਰਮਾ ਨਹੀਂ। ਪੰਜਵਾਂ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਦੁਨੀਆਂ ਦੇ ਲੋਕੋ ਸੁਣੋ, ਗੁਰੂ ਕੇ ਸਿੱਖੋ, ਸਭ ਤੋਂ ਵੱਡਾ ਸੂਰਮਾ ਵਾ ਜਿਹਨੂੰ ਕਲਯੁੱਗ ਦੇ ਇੰਨੇ ਭਿਆਨਕ ਸਮੇਂ ਵਿੱਚ, ਜਿਹਨੂੰ ਹਰੀ ਨਾਲ ਪ੍ਰੇਮ ਪਿਆ, ਜਿਹਨੂੰ ਅੰਮ੍ਰਿਤ ਵੇਲੇ ਉੱਠਣ ਦਾ ਚਾਅ ਪੈਦਾ ਹੋ ਗਿਆ, ਜਿਹਨੂੰ ਇਸ਼ਨਾਨ ਕਰਨ ਦਾ ਚਾਅ ਪੈਦਾ ਹੋ ਗਿਆ, ਚੌਂਕੜਾ ਮਾਰਨ ਦਾ ਚਾਅ ਪੈਦਾ ਹੋ ਗਿਆ। ਸੋ ਕਈ ਅਤ ਹੈ ਸੂਰਾ, ਬੋਲੋ ਸੋ, ਉਹ ਸਭ ਤੋਂ ਵੱਡਾ ਸੂਰਮਾ ਹੈ ਜਿਹੜਾ ਅੱਧੀ ਰਾਤ ਉੱਠ ਕੇ ਵਾਹਿਗੁਰੂ 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 ਜੁੜੋ ਵਾਹਿਗੁਰੂ 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 ਵਾ
ਪ੍ਰਾਰਥਨਾ ਲੱਗ ਪਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਕਹੋ ਤੇ ਇਹਨੂੰ ਸੁਣੋ। ਵਾਹਿਗੁਰੂ 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 ਵਾਹਿਗੁਰੂ। ਸੋ ਕਹੀਏ ਤਾਂ ਹੈ ਸੂਰਾ ਵਾਹਿਗੁਰੂ, ਉਹ ਸੂਰਾ ਹੈ ਕਲਯੁਗ ਵਿੱਚ। ਵਾਹਿਗੁਰੂ 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 ਵਾਹਿਗੁਰੂ। ਜਾਨ 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 ਵਾਹਿਗੁਰੂ ਵਾਹਿਗੁਰੂ, ਮੇਰੇ ਵੱਡੇ ਭਾਗ ਨੇ ਮੇਰੇ ਮੂੰਹ ਚੋਂ ਵਾਹਿਗੁਰੂ ਨਿਕਲੇ। ਵਾਹਿਗੁਰੂ 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 ਵਾਹਿਗੁਰੂ। ਨਾਲ ਨਾਲ ਆਪਣੇ ਆਪ ਨੂੰ ਐਨਰਜੀ ਦਿਓ, ਮੇਰੇ ਵੱਡੇ ਭਾਗ ਨੇ ਵਾਹਿਗੁਰੂ ਮੇਰੇ ਮੂੰਹ ਚੋਂ ਚੁਗਲੀ ਨਹੀਂ ਵਾਹਿਗੁਰੂ ਨਿਕਲੇ। ਵਾਹਿਗੁਰੂ 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 ਵਾਹਿਗੁਰੂ। ਹੁਣ ਦੱਸੋ ਵੀ ਜਿਹਦੇ ਮੂੰਹ ਚੋਂ ਅੰਮ੍ਰਿਤ ਵੇਲੇ ਉੱਠ ਕੇ ਰੱਬ ਰੱਬ ਨਿਕਲਦਾ, ਵਾਹਿਗੁਰੂ ਵਾਹਿਗੁਰੂ ਨਿਕਲਦਾ, ਕੀ ਆ ਉਹ? ਸੂਰਮਾ ਸੂਰਮਾ ਕਿਆ ਵਾਹਿਗੁਰੂ, ਜਿਉਂਦਾ ਰਹੋ ਮੇਰਾ ਪੁੱਤਰ, ਰੱਬ ਤੈਨੂੰ ਸਿੱਖੀ ਬਖਸ਼ੇ। ਸੋ ਕਈਅਤ ਹੈ ਸੂਰਾ, ਐਡਾ ਸੂਰਮਾ ਵਾ ਵੀ ਕਿਸੇ ਨੇ ਮਨ ਜਿੱਤਣ ਤੱਕ ਦੀ ਅਜੇ ਹਿੰਮਤ ਨਹੀਂ ਕੀਤੀ। ਵਾਹਿਗੁਰੂ, ਅੱਜ ਤੱਕ ਜਿੰਨੇ ਸੂਰਮੇ ਹੋਏ ਨੇ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਮਨ ਤੋਂ ਹਾਰ ਗਿਆ। ਵਾਹਿਗੁਰੂ, ਮੇਰਾ ਬਾਬਾ ਕਹਿੰਦਾ ਮਨ ਜਿੱਤਾ ਤੇ ਜਗ ਜੀਤ। ਮਨ ਨੂੰ ਜਿੱਤਣ ਦੇ ਵੀ ਬਹੁਤ ਉਪਰਾਲੇ ਲੋਕਾਂ ਕੀਤੇ, ਮਗਰ ਮਨ ਤੋਂ ਲੋਕੀ ਚਿੱਥ ਲਿਆ ਗੱਲ ਨੂੰ। ਵੈਸੇ ਮੇਰੇ ਕਹਿਣ 'ਤੇ ਕਹਿਤਾ ਬਹੁਤ ਸਾਰੇ ਲੋਕੀ ਨੇ ਜਿਹੜੇ ਮਨ ਕਰਕੇ ਹਾਰ ਗਏ। ਮੇਰਾ ਬਾਬਾ ਕਹਿੰਦਾ ਮਨ ਤੋਂ ਕਿਤੇ ਉੱਤੇ ਹੈ ਆਤਮਕ ਜੀਵਨ ਨੂੰ ਜਿੱਤਣਾ। ਵਾਹਿਗੁਰੂ, ਆਤਮਕ ਜੀਵਨ ਵਿੱਚ ਪ੍ਰਪੇਅਰ ਹੋਣਾ, ਇਹਦਾ ਆਤਮਕ ਜੀਵਨ ਬੜਾ ਉੱਚਾ ਸੁੱਚਾ ਕਹਿੰਦੇ ਕਿ ਨਹੀਂ ਬੋਲੋ, ਆਖੋ ਵਾਹਿਗੁਰੂ। ਮੇਰਾ ਬਾਬਾ ਕਹਿੰਦਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਦਾ ਉਹ ਆਤਮ ਜਿਣੇ ਵਾਹਿਗੁਰੂ ਆਪੇ ਨੂੰ ਜਿੱਤ ਲੈਂਦਾ ਤੇ ਦੱਸੇ ਗਿਆਨ ਤੇ ਕਰਮ ਇੰਦਰੀਆਂ ਉਹਦੇ ਵੱਸ ਆ ਜਾਂਦੀਆਂ। ਵਾਹਿਗੁਰੂ ਸਗਲ ਵੱਸ ਤਾਕ ਹੈ, ਪਤਾ ਨਹੀਂ ਲੱਗ ਰਿਹਾ, ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ, ਬੋਲੋ ਨਾ ਗੁਰੂ ਕੇ ਸਿੱਖੋ, ਇਹ ਤੁਹਾਡੇ ਸਰੀਰ ਦਾ ਸਾਰਾ ਕੁਝ ਪਾਠ ਆ, ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ, ਦਸ ਦਰਵਾਜ਼ੇ ਇਹਦੇ, ਉੱਤੋਂ ਵੀ ਬੰਦਾ ਹਾਰਦਾ ਹੈ, ਅੱਖਾਂ ਤੋਂ ਵੀ ਹਾਰਦਾ ਹੈ, ਕੰਨਾਂ ਤੋਂ ਵੀ ਹਾਰਦਾ ਹੈ, ਜੀਭਾਂ ਤੋਂ ਵੀ ਹਾਰਦਾ ਹੈ, ਸਾਰੇ ਗਿਆਨ ਤੇ ਕਰਮ ਇੰਦਰੀਆਂ ਨੂੰ ਛੱਡ ਕੇ ਜਦੋਂ ਸਰੀਰ ਦੇ ਦਰਵਾਜ਼ਿਆਂ ਦੀ ਗੱਲ ਆਈਏ ਤੇ ਕੰਨ ਨਾਲ ਵੀ ਚੁਗਲੀ ਸੁਣਦਾ ਹੈ, ਜੀਭਾਂ ਨਾਲ ਵੀ ਚੁਗਲੀ ਕਰਦਾ ਹੈ, ਅੱਖਾਂ ਨਾਲ ਵੀ ਪਰਾਏ ਦਾ ਸਰੂਪ ਦੇਖਦਾ ਹੈ, ਸਮਝ ਲਓ ਹਾਰ ਗਿਆ। ਮੇਰਾ ਬਾਬਾ ਕਹਿੰਦਾ ਜਿਹਨੂੰ ਰੰਗ ਲੱਗਾ ਨਾ ਆਤਮ ਜਿਣੇ ਤੇ ਜਿਹੜੇ ਸਾਰੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਵੱਸ ਕਰ ਲਏ ਉਹਨੇ। ਵਾਹਿਗੁਰੂ, ਦਸ ਇੰਦਰੀ ਕਰ ਰਾਖੇ ਵਾਸ, ਇਹ ਥੋੜੇ ਬਰੀਕ ਸ਼ਬਦ ਨੇ, ਜਦੋਂ ਸ਼ਬਦ ਦੀ ਕਥਾ ਕਰੀਏ ਨਾ ਜੀ, ਜਿਵੇਂ ਹੁਣ ਸਾਖੀ ਸੁਣਾਵਾਂ ਤੁਹਾਨੂੰ ਬੜੀ ਮਿੱਠੀ ਲੱਗੂਗੀ। ਆਖੋ ਵਾਹਿਗੁਰੂ ਕੀ ਮੈਂ ਕਿਹਾ, ਸਾਖੀ ਵਿੱਚ ਲੋਕ ਬੜੇ ਜੁੜਦੇ, ਭੀੜਾਂ ਲੱਗਦੀਆਂ ਜਦੋਂ ਕੋਈ ਸਾਖੀ ਸੁਣਾਉਂਦਾ,
ਮਗਰ ਮੇਰੇ ਬਾਬੇ ਨੂੰ ਪੁੱਛਿਆ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਵੀ ਕੋਈ ਸਾਖੀ ਹੁੰਦੀ ਆ, ਜਿਹਦੀ ਮਾਂ ਨਹੀਂ ਸਾਖੀ ਤੋਂ ਉੱਥੋਂ ਸ਼ੁਰੂ ਹੋ ਗਈ, ਮਾਤਾ ਤ੍ਰਿਪਤਾ ਜੀ ਤੋਂ, ਮਹਿਤਾ ਕਾਲੀ ਜੀ ਤੋਂ ਪੈਦਾ ਹੋਏ, ਨਨਕਾਣੇ ਵਿੱਚ ਹੋਏ, ਫਿਰ ਸੁਲਤਾਨਪੁਰ ਲੋਧੀ ਆ ਗਏ, ਫਿਰ ਚਾਰ ਉਦਾਸੀਆਂ, ਇਹ ਕੀ ਬਣ ਗਈਆਂ? ਸਾਖੀਆਂ ਬਣ ਗਈਆਂ। ਹੁਣ ਜਿਹੜੀ ਜੇ ਨਾ ਤਾਤ ਹੈ ਨਾ ਮਾਤ ਹੈ ਨਹੀਂ ਪਤਾ ਲੱਗਦਾ, ਜਿਸ ਗੁਰੂ ਦਾ ਮਾਂ ਪਿਓ ਹੀ ਨਹੀਂ ਹੈਗਾ, ਨਾ ਜਾਤ ਹੈ ਨਾ ਪਾਤ ਹੈ, ਨਾ ਕੋਈ ਜਾਤ ਹੈ ਨਾ ਪਾਤ ਹੈ, ਨਾ ਪੋਤਰੇ ਨਾ ਪੁੱਤਰੇ ਨਾ ਛਤਰੇ ਨਾ ਮਿੱਤਰੇ, ਆਖਿਰ ਫਿਰ ਉਹਦੀ ਸਾਖੀ ਕਿੱਥੇ ਲਿਆਓਗੇ? ਨਹੀਂ ਪਕੜ 'ਚ ਨਹੀਂ ਆਇਆ ਜੇ, ਉਹਦੀ ਸਾਖੀ ਕਿੱਥੋਂ ਲਿਆਓਗੇ ਜਿਹਦੀ ਕੋਈ ਮਾਂ ਨਹੀਂ, ਜਿਹਦਾ ਕੋਈ ਪਿਓ ਨਹੀਂ, ਜਿਹਦੀ ਕੋਈ ਜਾਤ ਨਹੀਂ, ਜਿਹਦੀ ਕੋਈ ਪਾਤ ਨਹੀਂ? ਭੈਣੋ ਤੁਹਾਨੂੰ ਪਤਾ ਲੱਗ ਰਿਹਾ ਕੋਈ ਥੋੜ੍ਹਾ ਬਹੁਤ ਪੱਲੇ ਪੈਂਦਾ? ਸਾਖੀ ਬਣੂਗੀ, ਅਸੀਂ ਸਾਖੀ ਬਣਾਵਾਂਗੇ ਵੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਕੌਰ ਸੀ, ਇੱਕ ਵਾਰ ਉਹਨਾਂ ਨੇ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੇ ਇਸ ਤਰ੍ਹਾਂ ਕਿਹਾ, ਉਹ ਸਾਖੀ ਬਣ ਜੂ। ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਕਿਹਾ, ਉਹ ਕੀ ਬਣ ਜੂਗੀ? ਸਾਖੀ ਬਣ ਜੂ। ਮਗਰ ਜਿਹਦਾ ਜ਼ਿਕਰ ਹੀ ਨਹੀਂ ਵੀ ਉਹਦੀ ਨਾ ਕੋਈ ਮਾਂ ਹੈ, ਕਿੱਥੋਂ ਪੜ੍ਹਿਆ ਮੈਂ ਨਾ ਤਾਤੇ ਨਾ ਮਾਤੇ? ਬੋਲੋ, ਜਾਪ ਸਾਹਿਬ ਚੋਂ। ਉੱਥੇ ਮਹਾਰਾਜ ਪਾਤਸ਼ਾਹ ਕਹਿੰਦੇ ਉਹਦੀ ਮਾਂ ਪਿਓ ਕੋਈ ਨਹੀਂ, ਨਾ ਪੁੱਤਰ ਆ ਨਾ ਪੋਤਰ ਹੈ, ਨਾ ਜਾਤ ਹੈ ਨਾ ਪਾਤ ਹੈ, ਨਿਰਸ਼ਾਕੰ ਸਰੀਕ ਹੈ, ਸਰੀਕਾ ਵੀ ਕੋਈ ਨਹੀਂ। ਉਹ ਫਿਰ ਮਹਾਰਾਜ ਇੱਕ ਵਾਰ ਮੋਟਾ ਜਿਹਾ ਹੱਥ ਪੜ੍ਹੋ ਵੀ ਸਾਖੀ ਮੀਨਜ ਹੁੰਦਾ ਸਿੱਖਿਆ। ਬੋਲੋ, ਸਾਖੀ ਮੀਨਜ ਸਿੱਖਿਆ। ਮੈਨੂੰ ਤਾਂ ਜਿਹੜਾ ਪੜ੍ਹਾਉਂਦਾ ਸੀ ਉਹ ਮੈਨੂੰ ਕਹਿੰਦਾ, ਪੁੱਤਰਾ ਸਿੱਖੀ ਸਿੱਖਿਆ ਗੁਰ ਵਿਚਾਰ, ਤਿੰਨ ਸ਼ਬਦ ਇਕੱਠੇ ਨਾ ਪੜ੍ਹੀ, ਇਹਨਾਂ ਨੂੰ ਵੱਖਰੇ ਵੱਖਰੇ ਕਰ। ਸਿੱਖੀ, ਸਿੱਖੀ ਦਾ ਬੂਟਾ, ਜੇ ਉਹਨੂੰ ਪਾਣੀ ਪਾਉਣਾ ਹੀ ਤੇ ਉਹਨੂੰ ਸਿੱਖਿਆ ਸੁਣਾਈ, ਜੇ ਬੂਟਾ ਪਾਲਣਾ ਹੀ ਸਿੱਖੀ ਦਾ ਤੇ ਉਹਨੂੰ ਸਿੱਖਿਆ। ਉੱਚੀ ਨਹੀਂ ਬੋਲਦੇ, ਚੱਲ ਜਾਊਂਗਾ ਥੋੜ੍ਹਾ ਜਿਹਾ, ਤੇ ਅੱਧਾ ਘੰਟਾ ਰਹਿ ਗਿਆ, ਇਹ ਟੂਰ ਮੇਰਾ ਪੂਰਾ ਹੋ ਜਾਊ। ਮੇਰੀਆਂ ਬੱਚੀਆਂ ਬੜੀ ਰੀਝ 'ਚ ਆਣ ਕੇ ਸੁਣੋ, ਜੇ ਸਿੱਖੀ ਦਾ ਬੂਟਾ ਪਾਲਣਾ ਹੈ ਤੇ ਸਿੱਖੀ ਦੇ ਬੂਟੇ ਨੂੰ ਆ ਬਾਲਟੀ ਵਾਲਾ ਪਾਣੀ ਨਹੀਂ ਪੈਂਦਾ। ਲਾਇਆ ਬੂਟਾ ਕਾਹਦਾ? ਸ਼ਾਬਾ, ਜਿਉਂਦੇ ਰਹੋ, ਉੱਚੀ ਬੋਲੋ। ਚੱਲ, ਚਾਹੁੰਦੇ ਹੋ ਸਿੱਖੀ ਪਲੇ ਘਰ 'ਚ ਤੇ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਸਿੱਖਿਆ ਦਿਓ। ਗੁਰਬਾਣੀ ਦੀ ਸਿੱਖਿਆ ਕੀ ਆ? ਵਾਹਿਗੁਰੂ। ਕੇਵਲ ਮੱਥਾ ਟੇਕੇ ਨਾ ਚੱਲ ਜਾਓ, ਵਾਹਿਗੁਰੂ ਇਹਦੀ ਸਿੱਖਿਆ ਸੁਣੋ। ਤੇ ਮਹਾਰਾਜ ਜੇ ਅਸੀਂ ਸਿੱਖਿਆ ਦਾ ਪਾਣੀ ਪਾਤਾ ਕਿਹਨੂੰ? ਸਿੱਖੀ ਦੇ ਬੂਟੇ ਨੂੰ, ਤੇ ਫਲ ਕੇ ਲੱਗਣਗੇ। ਆਖੋ ਵਾਹਿਗੁਰੂ। ਸਿੱਖੀ, ਸਿੱਖੀ ਦਾ ਬੂਟਾ, ਸਿੱਖਿਆ ਉਹਨੂੰ ਕੀ ਪਾਇਆ? ਪਾਣੀ ਪਾਇਆ ਸਿੱਖਿਆ ਦਾ। ਮਹਾਰਾਜ ਦਾ ਫਲਕੀ ਲੱਗੂ ਕਿਤੇ? ਗੁਰ ਵਿਚਾਰ। ਜਦੋਂ ਤੇਰੇ ਅੰਦਰੋਂ ਗੁਰਬਾਣੀ ਦੇ ਵਿਚਾਰ ਉੱਠਣੇ ਸ਼ੁਰੂ ਹੋ ਗਏ, ਸਮਝ ਲਈ ਮੇਰੇ ਬੂਟੇ ਨੂੰ ਫਲ ਲੱਗ ਗਿਆ। ਅਜੇ ਤੇ ਤੈਨੂੰ ਕੋਈ ਵਿਚਾਰ ਨਹੀਂ ਆਉਂਦੀ। ਸੱਚੀ ਮੁੱਚੀ ਬੜੇ ਬੜੇ ਗਿਆਨੀਆਂ ਧਿਆਨੀਆਂ ਨੂੰ ਪੁੱਛ ਕੇ ਵੇਖਿਆ ਹੈ, ਭਾਈ ਸਾਹਿਬ ਜੀ ਇਸ ਸ਼ਬਦ ਦਾ ਕੀ ਅਰਥ ਆ? ਤੁਸੀਂ ਕਰੋ ਕਿਰਪਾ। ਕਿਉਂ ਜੀ, ਤੁਸੀਂ ਕਾਹਦੇ ਲਈ ਹੋ? ਸਿੱਖ ਨੂੰ ਪਤਾ ਹੋਵੇ ਵੀ ਗੁਰਬਾਣੀ ਕਹਿ ਕੇ ਰਹੀ। ਵਾਹਿਗੁਰੂ। ਇੱਕ ਮਿੰਟ ਲਈ ਮੈਂ ਆਪ ਜੀ ਨੂੰ ਪੁੱਛਦਾ ਵੀ ਕਰੂੰ ਬੇਨਤੀ, ਸੁਣੋ ਮੇਰੇ ਮੀਤਾ, ਆਪ ਜੀ ਵਿੱਚੋਂ ਕੋਈ ਸੱਜਣ ਮੈਨੂੰ ਦੱਸੋ ਕਿਹਦੇ ਅੱਗੇ ਬੇਨਤੀ ਕੀਤੀ ਹੈ? ਅਕਾਲ ਪੁਰਖ ਅੱਗੇ? ਆਖੋ ਵਾਹਿਗੁਰੂ। ਉੱਚੀ ਬੋਲੋ, ਤੁਸੀਂ ਦੱਸੋਗੇ ਕੀ?
ਇੱਕ ਮਿੰਟ ਸੋਲਾ ਸਾਹਿਬ ਰੋਜ਼ ਨਹੀਂ ਪੜ੍ਹਦੇ ਤੇ ਫਿਰ ਯਾਦ ਹੋਣਾ ਚਾਹੀਦਾ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਮੇਰੇ ਮਨ ਮੇਰੇ ਮਿੱਤਰਾਂ ਮੈਂ ਤੈਨੂੰ ਇੱਕ ਬੇਨਤੀ ਕਰਦਾ ਤੇ ਹੁਣ ਵੇਖੋ ਕਿੱਡਾ ਵੱਡਾ ਇੱਕ ਭੁਲੇਖਾ ਅਸੀਂ ਕਹਿਤਾ ਜੀ ਰੱਬ ਨੂੰ ਇਹ ਬੇਨਤੀ ਕੀਤੀ ਨਾਲ ਅੱਗੇ ਕਹਿ ਦਿੱਤਾ ਇਹ ਸੰਤ ਟਹਿਲ ਕੀ ਬੇੜਾ ਫਿਰ ਤੁਸੀਂ ਅਕਾਲ ਪੁਰਖ ਨੂੰ ਕਹਿ ਰਹੇ ਹੋ ਵੀ ਤੇਰਾ ਸਤਸੰਗਤ ਦੀ ਸੇਵਾ ਕਰਨ ਦਾ ਵੇਲਾ ਹੈ ਥੋੜਾ ਚਿੱਥੋ ਮੈਂ ਤੁਹਾਡੇ ਪੰਜ ਮਿੰਟ ਵੀ ਲੈ ਲੂ ਇਸ ਗੱਲ ਤੇ ਰੋਜ਼ ਪੜ੍ਹਦੇ ਹੋ ਕੁਛ ਥੋੜਾ ਜਿਹਾ ਭਾਰ ਤਾਂ ਪਾਓ ਆਪਣੀ ਸੁਰਤ ਉੱਤੇ ਜੇ ਸਿੱਖੀ ਦਾ ਬੂਟਾ ਪਾਲਣਾ ਤੇ ਇੱਥੇ ਰਹਾਉ ਦੀ ਤੁਕ ਨੂੰ ਲੈ ਕੇ ਸ਼ਬਦ ਪੜਿਆ ਏ ਔਦ ਘਟੇ ਦਿਨ ਸੁਰਹਿਣਾ ਰੇ ਮਨ ਬੇਨਤੀ ਕੀਤੀ ਮਨ ਨੂੰ ਤੇ ਤੁਸੀਂ ਇਹ ਢੋਈ ਜਾਂਦੇ ਹੋ ਅਕਾਲ ਪੁਰਖ ਨੂੰ ਕੀਤੀ ਅਕਾਲ ਪੁਰਖ ਨੂੰ ਤੁਸੀਂ ਫਿਰ ਇਹ ਵੀ ਕਹੋਗੇ ਸੰਤ ਟਹਿਲ ਕੀ ਬੇਲਾ ਕੁਛ ਪਤਾ ਲੱਗਾ ਜੇ ਨਹੀਂ ਪਦਮਵੀਰ ਸਿੰਘ ਪਤਾ ਲੱਗਾ ਕੁਛ ਕਿ ਨਹੀਂ ਅਖ ਵਾਹਿਗੁਰੂ ਭਾਰ ਪਾਓ ਥੋੜਾ ਜਿਹਾ ਭਾਰ ਆਪਣੀ ਸੁਰਤ ਤੇ ਕੁਛ ਲੈ ਕੇ ਜਾਇਓ ਆਇਓ ਅੱਜ ਇਸ ਸ਼ਬਦ ਵਿੱਚੋਂ ਕੁਝ ਲੱਭ ਜਾਓ ਹੀਰੇ ਲੱਭ ਜਾਓ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੜੇ ਪਿਆ ਝੋਲੀ ਚ ਕਿਉਂ ਨਹੀਂ ਪਏ ਝੋਲੀ ਚ ਪੈਣਗੇ ਜਦੋਂ ਤੁਸੀਂ ਸ਼ਬਦ ਨੂੰ ਇੱਥੋਂ ਲੈ ਕੇ ਚੁੱਕੋਗੇ ਮੇਰੀਆਂ ਧੀਆਂ ਔਦ ਘਟੇ ਉਮਰ ਘਟ ਰਹੀ ਆ ਕਿਤਨਾ ਘਟ ਰਹੀ ਦਿਨ ਸੁਰਹਿਣਾ ਰੇ ਰੇ ਮਨ ਮਨ ਮੇਰੇ ਆ ਤੇਰੀ ਉਮਰ ਰਾਤ ਤੇ ਦਿਨ ਕਰਕੇ ਘਟ ਰਹੀ ਤੇ ਮੈਂ ਤੈਨੂੰ ਇੱਕ ਬੇਨਤੀ ਕਰਦਾ ਮੇਰਿਆ ਮਨਾ ਇਹ ਮਨੁੱਖਾਂ ਦੇ ਤੈਨੂੰ ਚੁਗਲੀ ਕਰਨ ਨੂੰ ਨਹੀਂ ਦਿੱਤੀ ਨਿੰਦਾ ਕਰਨ ਨੂੰ ਨਹੀਂ ਦਿੱਤੀ ਇਹ ਮਨੁੱਖਾਂ ਦੇ ਤੈਨੂੰ ਅੱਗੇ ਆ ਜਾਓ ਜੀ ਅੱਗੇ ਇੱਥੇ ਆਓ ਅੱਗੇ ਆਓ ਇਹ ਮਨੁੱਖਾਂ ਦੇ ਤੈਨੂੰ ਦਿੱਤੀ ਸੰਤ ਟਹਿਲ ਕੀ ਬੇਲਾ ਹੁਣ ਹੱਥ ਖੜਾ ਕਰਕੇ ਦੱਸੋ ਕਿਹਨੂੰ ਕਿਹਾ ਹੈ ਹਾਲੀ ਵੀ ਬੜੇ ਚਿੱਤੇ ਚ ਸਾਰੀ ਸੰਗਤ ਦੀ ਆਵਾਜ਼ ਨਹੀਂ ਆਈ ਤੂੰ ਦੱਸ ਵੀ ਪਿਆਰਿਆ ਕਿਹਨੂੰ ਕਿਹਾ ਮਨ ਨੂੰ ਬੇਨਤੀ ਕੀਤੀ ਆ ਮੇਰਿਆ ਮਨਾ ਤੂੰ ਤੇ ਕਿਹੜੇ ਪਾਸੇ ਲੱਗ ਗਿਆ ਦੁਨੀਆਂ ਵੇਖਣ ਲੱਗ ਪਿਆ ਹੈ ਚੁਗਲੀ ਕਰਨ ਲੱਗ ਤੁਹਾਨੂੰ ਪਤਾ ਲੱਗਿਆ ਚੁਗਲੀ ਕਰਨ ਲੱਗ ਪਿਆ ਨਿੰਦਾ ਕਰਨ ਲੱਗ ਪਿਆ ਹੈ ਪੈਸੇ ਜੋੜਨ ਲੱਗ ਪਿਆ ਹੈ ਇਹ ਵੇਲਾ ਵੇਲਾ ਮੈਨੂੰ ਵਕਤ ਇਹ ਵੇਲਾ ਤੇ ਤੇਰਾ ਸਤਸੰਗਤ ਦੀ ਸੇਵਾ ਕਰਨ ਦਾ ਸੀ ਜੋੜੇ ਝਾੜਨ ਦਾ ਸੀ ਜੂਠੇ ਬਰਤਨ ਸਾਫ ਕਰਨ ਦਾ ਸੀ ਬਾਣੀ ਪੜ੍ਹਨ ਦਾ ਸੀ ਮਗਰ ਅਸੀਂ ਸ਼ਬਦ ਦੀ ਸਾਖੀ ਤਾਂ ਨਾ ਪੜ੍ਹੀ ਸਿੱਖਿਆ ਤਾਂ ਨਹੀਂ ਸਾਨੂੰ ਆਉਂਦੀ ਸ਼ਬਦ ਦੀ ਹੱਥ ਜੋੜੇ ਜੇ ਮੇਰੇ ਥੋੜਾ ਜਿਹਾ ਕਿੱਥੇ ਹੋ ਇਸ ਗੱਲ ਨੂੰ ਆਖੋ ਵਾਹਿਗੁਰੂ ਗੱਜ ਕੇ ਬੋਲੋ ਇੱਕ ਮੈਂ ਤੁਹਾਨੂੰ ਹੋਰ ਪੁੱਛਦਾ ਥਾਲ ਵਿੱਚ ਤਿੰਨ ਵਸਤੂ ਪਈ ਹੋ ਥਾਲ ਕਿਹੜਾ ਆਪਾਂ ਮੈਂ ਤੁਹਾਡਾ ਨੀਵਾਂ ਵਿਖਾਉਣ ਨੂੰ ਨਹੀਂ ਜੇ ਪੁੱਛ ਰਿਹਾ ਮੈਂ ਆਪਣੀ ਕੌਮ ਨੂੰ ਚੜ੍ਹਦੀ ਕਲਾ ਚ ਖੰਡ ਨੂੰ ਸ਼ਬਦ ਦੀ ਵਿਚਾਰ ਦਾ ਟੀਕਾ ਲਾ ਰਿਹਾ ਮੇਰਾ ਗੁਰੂ ਕਹਿੰਦਾ ਇਹਨਾਂ ਦੀ ਸੁੱਤੀ ਹੋਈ ਸੁਰਤ ਨੂੰ ਸ਼ਬਦ ਦੀ ਵਿਚਾਰ ਸੁਣਾ ਤਾਂ ਕਿ ਜਿਉਂਦੇ ਹੋ ਜਾਣ ਇਹਨਾਂ ਨੂੰ ਸਾਖੀਆਂ ਨਾ ਸੁਣਾ ਆਖੋ ਵਾਹਿਗੁਰੂ ਗੱਜ ਕੇ ਬੋਲੋ ਸੋਹਣੇ ਲੱਗਦੇ ਹੋ ਸੋਹਣਾ ਦਾੜਾ ਰੱਬ ਨੇ ਬਖਸ਼ਿਆ ਦੁਮਾਲਾ ਬਖਸ਼ਿਆ ਮੂੰਹ ਡਿੱਠੇ ਜਨ ਕੇ ਜੀਵੀਏ ਮੂੰਹ ਡਿੱਠੇ ਜਿਹੜੇ ਇਸ ਤਰ੍ਹਾਂ ਦੇ ਪਿਆਰ ਵਾਲੇ ਗੁਰਸਿੱਖ ਹੁੰਦੇ ਨੇ ਨਾ ਇਹਨਾਂ ਦੇ ਦੀਦਾਰ ਕੀਤਿਆਂ ਵੀ ਬਾਣੀ ਚ ਲਿਖਿਆ ਜੀਵਨ ਮਿਲਦਾ ਆਖੋ ਵਾਹਿਗੁਰੂ ਤੁਸੀਂ ਦੱਸੋਗੇ ਮੈਨੂੰ ਥਾਲ ਕਿਹੜਾ ਹਾਂਜੀ ਵੇਖ ਲਓ ਕਿੰਨੇ ਕਿੰਨੀਆਂ ਇਹ ਤੇ ਲੰਘ ਗਈ ਹੁਣ ਪੁੱਤ ਮੇਰੇ ਵਰਗਾ ਚਿੱਟਾ ਹੋ ਗਿਆ ਤੇਰਾ ਵੀ ਥਾਲ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਇਹ ਪਰੋਸਿਆ ਹੋਇਆ ਥਾਲ ਆ ਇਹਦੇ ਚ ਪੁਸਰੀਆਂ ਤੇ ਪਕਾਈਆਂ ਤੇ ਪਾਈਆਂ ਥਾਲੇ ਮਾਏ
ਕਿਤੇ ਰੋਟੀ ਕਬੀਰ ਨੇ ਪਕਾਈ ਗੁਰੂ ਗ੍ਰੰਥ ਸਾਹਿਬ ਦੇ ਥਾਲ ਚ ਰੱਖਤੀ, ਪਤਾ ਲੱਗ ਰਿਹਾ ਕਿ ਨਹੀਂ ਹੋਣਾ? ਕਿਤੇ ਰੋਟੀ ਬਾਬੇ ਫਰੀਦ ਨੇ ਪਕਾਈ ਤੇ ਮੇਰਾ ਗੁਰੂ ਲਿਆ ਕੇ ਇਸ ਥਾਲ ਵਿੱਚ ਪਰੋਸ ਗਿਆ, ਹੁਣ ਤੇ ਪਤਾ ਲੱਗ ਰਿਹਾ ਜੀ। ਪਕਾਈ ਰੋਟੀ ਬਾਬੇ ਫਰੀਦ ਨੇ ਤੇ ਮੇਰੇ ਬਾਪੂ ਨੂੰ ਖੁਸ਼ਬੂ ਆ ਗਈ ਚੰਗੇ ਭੋਜਨ ਦੀ, ਵੀ ਇਹ ਭੋਜਨ ਪਵਿੱਤਰ ਆ। ਉਥੋਂ ਚੁੱਕ ਲਿਆ ਮੇਰਾ ਬਾਬਾ ਤੇ ਥਾਲ ਵਿੱਚ ਲਿਆ ਕੇ ਪਰੋਸ ਦਿੱਤੀ, ਪਰੋਸ ਦਿੱਤੀ। ਧਿਆਨ ਦਿਓ, ਕਬੀਰ ਸਾਹਿਬ ਬਨਾਰਸ ਵਿੱਚ, ਰਵਿਦਾਸ ਬਨਾਰਸ ਵਿੱਚ, ਮਹਾਰਾਸ਼ਟਰ ਵਿੱਚ ਨਾਮਦੇਵ ਸਾਹਿਬ, ਕਿਤੇ ਸੈਣ ਜੀ, ਕਿਤੇ ਪੀਪਾ ਜੀ, ਇਹਨਾਂ ਦੀ ਜਿਨ੍ਹਾਂ ਦੀ ਪੱਕੀ ਰੋਟੀ ਸੀ ਨਾ, ਰੋਟੀ ਪੱਕੀ ਸੀ ਵੀ ਜਿਹੜਾ ਖਾਊਗਾ ਉਹ ਬਿਮਾਰ ਨਹੀਂ ਹੋਊਗਾ, ਰਾਜੀ ਹੋਊਗਾ। ਉਥੋਂ ਚੁੱਕ ਕੇ ਰੋਟੀ ਲਿਆ ਕੇ, ਭੈਣੋ ਪਤਾ ਲੱਗ ਰਿਹਾ, ਉਥੋਂ ਚੁੱਕ ਕੇ ਰੋਟੀ ਲਿਆ ਕੇ ਕਿੱਥੇ ਪਰੋਸਤੀ? ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਅੱਗੇ ਲਿਖਿਆ ਜੇ ਕੋ ਖਾਵੇ, ਹੁਣ ਥਾਲ ਪਰੋਸਿਆ ਤੁਹਾਡੇ ਘਰ ਚ ਵੀ ਹੋਵੇ, ਅੱਖ ਵਾਹਿਗੁਰੂ, ਇੱਕ ਮਿੰਟ ਲਈ ਦਿਓ, ਤੁਹਾਡੇ ਘਰ ਚ ਥਾਲ ਪਰੋਸ ਕੇ ਲੈਣ ਦਾ ਜਾਵੇ, ਦਹੀਂ ਰੱਖ ਦਿੱਤਾ, ਸਾਗ ਰੱਖ ਦਿੱਤਾ, ਬਰਸ਼ਾਦਾ ਰੱਖ ਦਿੱਤਾ, ਪਾਣੀ ਰੱਖ ਦਿੱਤਾ, ਤੇ ਤੁਸੀਂ ਉਸ ਥਾਲ ਨੂੰ ਮੱਥਾ ਟੇਕ ਕੇ ਪਰੇ ਹੋ ਜਾਓ, ਭੁੱਖ ਮਿਟ ਜੂ। ਦੱਸੋ ਨਾ ਕਿੱਥੋਂ ਨਾਲ ਸ਼ਬਦ ਲਿਖਿਆ ਏ ਵੀ ਪਰੋਸੇ ਹੋਏ ਥਾਲ ਵਿੱਚ ਰੋਟੀ ਨੂੰ ਜੇ ਕੋ ਖਾਵੇ, ਤੇ ਖਾਧਾ ਕਿੱਦਣ ਜੇ, ਖਾਧਾ ਕਿੱਦਣ ਜੇ ਇਹਦੇ ਵਿੱਚੋਂ? ਮੈਂ ਇੱਕ ਵਾਰ ਬੇਨਤੀ ਕਰਦਾ ਹੁੰਦਾ ਤੁਹਾਡਾ ਚੌਂਕੀਦਾਰ ਹਾਂ, ਮਾਫ ਕਰ ਦਿਓ ਜਿਹਨੂੰ ਨਹੀਂ ਮਾਫ ਪੈਂਦੀ, ਜਿਹੜੇ ਰੋਜ਼ ਦੇ ਸੁਣਨ ਵਾਲੇ ਉਹਨਾਂ ਨੂੰ ਪਤਾ ਹੈ, ਆਖੋ ਵਾਹਿਗੁਰੂ। ਜੇ ਮੂਲੀ ਵਾਲੀ ਰੋਟੀ ਖਾਧੀ ਹੋਵੇ ਤੇ ਸਾਰਾ ਦਿਨ ਮੂਲੀ ਦੀ ਸਮੈਲ ਮੂੰਹ ਦੇ ਵਿੱਚੋਂ ਆਉਂਦੀ ਆਉਂਦੀ ਜੀ, ਆਖੋ ਵਾਹਿਗੁਰੂ। ਜੇ ਮੇਥੀ ਵਾਲੀ ਰੋਟੀ ਖਾਧੀ ਹੈ ਤੇ ਸਾਰਾ ਦਿਨ ਮੇਥੀ ਦੀ ਸਮੈਲ ਬੋਲੋ ਆਉਂਦੀ, ਇਹ ਤੇ ਤੁਹਾਨੂੰ ਪਤਾ ਹੀ, ਆਪਾਂ ਇੱਕੇ ਪਿੰਡਾਂ ਪੁੰਡਾਂ ਦੇ ਲਾਗੇ ਚੱਗੇ ਦੇ ਹਾਂ, ਆਉਂਦੀ। ਹੁਣ ਉਹਦੇ ਵਿੱਚ ਲਿਖਿਆ ਵੀ ਜਿਹੜਾ ਭੋਜਨ ਪਰੋਸਿਆ ਉਹ ਸੱਤ ਤੇ ਸੰਤੋਖ ਤੇ ਵਿਚਾਰ ਦਾ ਹੈ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਕਿਹੜੀ ਕਿਹੜੀ? ਤੇ ਵਿਚਾਰੋ, ਇਹ ਤਿੰਨ ਤਰ੍ਹਾਂ ਦਾ ਭੋਜਨ ਵਿੱਚ ਰੱਖਿਆ। ਜੇ ਮੂਲੀ ਵਾਲੀ ਰੋਟੀ ਖਾਣ ਦੀ ਸਾਰਾ ਦਿਨ ਮੂੰਹ ਚੋਂ ਮੂਲੀ ਦੀ ਸਮੈਲ ਆਉਂਦੀ ਆ, ਤੇ ਜੇ ਅਸੀਂ ਇਹਦੇ ਵਿੱਚੋਂ ਭੋਜਨ ਚੱਖਿਆ ਹੁੰਦਾ ਤੇ ਸੱਚ ਦੇ ਮੂੰਹ ਦੇ ਵਿੱਚੋਂ ਸੱਚ ਦੀ ਖੁਸ਼ਬੂ ਕਿਉਂ ਨਹੀਂ ਆਉਂਦੀ? ਨਹੀਂ ਪਤਾ ਲੱਗ ਗਿਆ। ਫਿਰ ਅਸੀਂ ਸੱਚ ਬੋਲਦੇ ਤੇ ਸਾਨੂੰ ਪਤਾ ਲੱਗਦਾ, ਇਹਨਾਂ ਨੇ ਲੋਕਾਂ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਆਪਣੇ ਗੁਰੂ ਦੇ ਥਾਲ ਵਿੱਚੋਂ ਰੱਜ ਕੇ ਖਾਧੀ ਤੇ ਡਕਾਰ ਵੀ ਸੱਚ ਦੇ ਮਾਰਦੇ। ਸੰਤੋਖ, ਸੰਤੋਖ ਆਪਣੇ ਆਪਣੇ ਆਪ ਨੂੰ ਪੁੱਛੋ, ਤੁਹਾਡਾ ਨਾਂ ਕੀ? ਗੁਰਪ੍ਰੀਤ ਸਿੰਘ ਜੀ, ਪੁੱਛੋ ਸੰਤੋਖ ਆ ਗਿਆ ਸਾਨੂੰ ਅੱਖਾਂ ਨੂੰ, ਕੰਨਾਂ ਨੂੰ, ਜੀਭਾਂ ਨੂੰ, ਕਿ ਸਾਨੂੰ ਸੰਤੋਖ ਆ ਵੀ ਜਿੰਨੀ ਰੱਬ ਨੇ ਰੋਟੀ ਦਿੱਤੀ ਬਹੁਤ ਬਹੁਤ ਆ ਜੀ, ਸ਼ੁਕਰ ਆ ਲੱਖ ਵਾਰੀ ਵਾਹਿਗੁਰੂ, ਉਹ ਸੰਤੋਖ ਸਾਡੇ ਅੰਦਰ ਹੈਗਾ ਹੈ। ਜੇ ਨਹੀਂ ਤੇ ਸਮਝ ਲਓ ਰੋਟੀ ਖਾਧੀ ਨਹੀਂ। ਸੱਤ ਸੰਤੋਖ ਤੇ ਆ ਵਿਚਾਰ ਬਾਰੇ ਆਪ ਜੀ ਨੂੰ ਮੈਂ ਪੁੱਛ ਹੀ ਲਿਆ ਤੁਹਾਡੇ ਚੌਂਕੀਦਾਰ ਨੇ, ਆਖੋ ਵਾਹਿਗੁਰੂ। ਬਹੁਤ ਸਾਰੇ ਅਮਰੀਕਾ, ਕੈਨੇਡਾ, ਇੰਗਲੈਂਡ ਜਿੱਥੇ ਕਥਾ ਕਰਨ ਜਾਣਾ ਤੇ ਉਹ ਕਹਿੰਦੇ ਚਲੋ ਕਥਾ ਸੁਣ ਜਾਈਏ, ਪਰਮਜੀਤ ਸਿੰਘ ਆਇਆ, ਕਹਿੰਦੇ ਨਾ ਭਰਾਵਾ ਉਹ ਅੱਗੋਂ ਪੁੱਛਦਾ ਇਹ ਸਾਨੂੰ ਆਉਂਦਾ ਨਹੀਂ, ਸ਼ਰਮਿੰਦੇ ਹੋਣਾ, ਸ਼ਰਮਿੰਦੇ ਨਾ ਹੋ, ਸ਼ਰਮਿੰਦਾ ਨਾ ਹੋ, ਕਿਛ ਨੇਕੀ ਕਮਾਏ, ਨੇਕ ਕੰਮ ਕਰੋ, ਗੁਰੂ ਦੀ ਵਿਚਾਰ ਤੋਂ ਬਿਨਾਂ ਤੁਹਾਡਾ ਸਿੱਖੀ ਦਾ ਬੂਟਾ ਨਹੀਂ ਪਲਣਾ, ਇਹ ਸੁਣ ਲਓ। ਜਦੋਂ ਉਹਨੇ ਕਿਹਾ ਵੀ ਸਿੱਖੀ ਤੇ ਪਾਣੀ ਕਾਹਦਾ? ਸਿੱਖਿਆ ਦਾ, ਤੇ ਸਿੱਖਿਆ ਸਿੱਖਿਆ ਹੀ ਕੁਝ ਨਹੀਂ ਪਤਾ ਸਿੱਖਿਆ ਕੀ ਆ? ਆ ਸਾਡੇ ਤੁਹਾਡੇ ਸਾਹਮਣੇ ਦੋ ਸ਼ਬਦ ਪੁੱਛੇ, ਦੋਵਾਂ ਬਾਰੇ ਮੈਨੂੰ ਕੁਛ ਨਹੀਂ ਪਤਾ। ਇਸ ਕੌਮ ਦਾ ਇੱਕ ਕਿਤਾਬ ਕਿਸੇ ਨੇ ਲਿਖੀ, ਕਿਸ ਵਿਧ ਰੁਲੀ ਪਾਤਸ਼ਾਹੀ, ਪੜ੍ਹੀ ਕਿਸੇ ਨੇ? ਕਿਸ ਵਿਧ ਰੁਲੀ
ਜਿਹੜੀਆਂ ਗੁਰੂ ਨਾਨਕ ਸਾਨੂੰ ਪਾਤਸ਼ਾਹੀਆਂ ਬਖਸ਼ ਕੇ ਗਿਆ ਸੀ ਨਾ, ਕਿਹੜੇ ਤਰੀਕੇ ਨਾਲ ਰੁਲ ਗਈਆਂ ਉਹ। ਵੇਖੋ ਜਿਉਂਦਾ ਬੰਦਾ ਤੇ ਮਹਿਸੂਸ ਕਰਦਾ ਧੁੱਪ ਨੂੰ ਵੀ ਤੇ ਛਾਂ ਨੂੰ ਵੀ। ਕੌਣ? ਜਿਹੜਾ ਜਿਉਂਦਾ ਹੈ। ਜਿਹੜਾ ਮਰ ਗਿਆ ਹੈ ਉਹਨੂੰ ਛਾਵੇਂ ਸੁੱਟ ਦਿਓ, ਉਹਨੂੰ ਧੁੱਪੇ ਸੁੱਟ ਦਿਓ। ਇਸ ਤਰ੍ਹਾਂ ਦੀ ਬਿਰਤੀ ਵਾਲੇ ਸਿੱਖ ਨਾ ਬਣੀਏ, ਜਿਉਂਦੇ ਸਿੱਖ ਬਣੀਏ। ਸਾਨੂੰ ਪਤਾ ਲੱਗੇ ਸਾਡੀ ਕੌਮ ਨੂੰ ਘਾਟਾ ਕਿੱਥੋਂ ਪੈ ਰਿਹਾ, ਸਾਡੀ ਕੌਮ ਚੜ੍ਹਦੀ ਕਲਾ 'ਚ ਕਿੱਥੋਂ ਜਾ ਰਹੀ। ਆਖੋ ਵਾਹਿਗੁਰੂ। ਵਚਨ ਚੱਲਣ ਡਿਆ ਸੀ ਵੀ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਇਹ ਜਿਹੜਾ ਯੁੱਗ ਹੈ ਨਾ, ਯੁੱਗ ਕਿਹੜਾ ਹੈ? ਕਲਯੁੱਗ। ਤੇ ਕਲਯੁੱਗ ਵਿੱਚ ਲੋਕਾਂ ਦੀ ਨਿੰਦਾ ਤਾਂ ਵਧੀ, ਅੱਗੇ ਨਾਲੋਂ ਚੁਗਲੀ ਵਧੀ, ਈਰਖਾ ਵਧੀ, ਰੱਬ ਦਾ ਰੰਗ ਨਹੀਂ ਚੜਿਆ। ਤੇ ਮੇਰਾ ਬਾਬਾ ਕਹਿੰਦਾ ਜਿਹਨੂੰ ਕਲਯੁੱਗ ਵਿੱਚ ਰੱਬ ਦਾ ਰੰਗ ਚੜ ਗਿਆ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਮਣੇ। ਉਹ ਅਸਲੀ ਸੂਰਮਾ ਵਾ ਜਿਹਨੂੰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਗਿਆ। ਲਾ ਦੋ ਥੋੜਾ ਜਿਹਾ, ਵਾਹਿਗੁਰੂ 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 ਵਾਹਿਗੁਰੂ, ਚੜ ਦੋ, ਚੜਦਾ ਬੜੀ ਛੇਤੀ ਦੇ। ਵਾਹਿਗੁਰੂ 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 ਵਾਹਿਗੁਰੂ, ਕੋਈ ਮਨ ਜਾਂਦਾ ਰਹੇ ਸਾਰੇ ਬੋਲੋ ਵਾਹਿਗੁਰੂ 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 ਜਪੋ, ਵੱਡੀਆਂ ਮੇਰੀਆਂ ਜਪੋ, ਮੂੰਹ ਦਾ ਕਹੋ, ਕੰਨਾਂ ਤੇ ਸੁਣੋ, ਵਾਹਿਗੁਰੂ 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 ਵਾਹਿਗੁਰੂ, ਫੁੱਲ ਹੋ ਕੇ ਜਾਓਗੇ, ਵਾਹਿਗੁਰੂ 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 ਵਾਹਿਗੁਰੂ। ਅੱਗੇ ਕਿਹਾ ਮਹਾਰਾਜ ਤੁਸੀਂ ਕਿੱਦਾਂ, ਤੁਸੀਂ ਕਹਿੰਦੇ ਹੋ ਗਾਓ ਤੇ ਆਤਮਕ ਜੀਵਨ ਜਿੱਤ ਜਾਈਏ, ਕਿੱਦਾਂ ਗਾਈਏ? ਠਾਕੁਰ ਗਾਈਏ ਰੰਗ ਮਣੇ ਪ੍ਰੇਮ, ਆਤਮਕ ਪ੍ਰੇਮ ਵਿੱਚ ਰੰਗੇ ਜਾ ਕੇ ਵਾਹਿਗੁਰੂ ਵਾਹਿਗੁਰੂ ਕਹੋ, ਵੱਧੋ ਰੁੱਤੇ ਨਾ ਕਰੋ। ਵਾਹਿਗੁਰੂ ਇੱਕ ਬਾਣੀ ਸ਼ਬਦ ਆਇਆ, ਵੱਧਾ ਚੱਟੀ ਜੋ ਭਰੇ। ਕਈ ਇੱਥੇ ਬੈਠੇ ਨੇ ਵੀ ਆ ਗਏ ਆ ਤੇ ਹੁਣ ਵਾਹਿਗੁਰੂ ਕਹਿਣਾ ਪੈਣਾ, ਇਹਨੂੰ ਚੱਟੀ ਕਹਿੰਦੇ। ਆਪਾਂ ਪਿੰਡਾਂ ਜੀ ਕਿਤੇ ਚੱਟੀ ਪੈ ਗਈ, ਚੱਟੀ ਸਹਿਣੀ ਪੈ ਗਈ, ਆਉਂਦੇ ਆ ਕਹਿੰਦੇ ਤੁਹਾਡੇ ਵਰਗੇ। ਕੁਛ ਕੁ ਮੇਰੇ ਵਰਗੇ ਇਸ ਤਰ੍ਹਾਂ ਦੇ ਵੀ ਆ ਸਕਦੇ ਜਿਹੜੇ ਕਹਿੰਦੇ ਹੁਣ ਆ ਹੀ ਗਏ ਆ, ਵਾਹਿਗੁਰੂ ਕਹਿਣਾ ਹੀ ਪੈਣਾ, ਉਹਦਾ ਕੋਈ ਫਲ ਨਹੀਂ। ਪੈਣਾ ਫਲ ਲੈ ਇਹਨੂੰ ਪੁੱਤ, ਫੜ ਲਓ, ਇਹਦਾ ਕੋਈ ਫਲ ਨਹੀਂ, ਕਿਉਂਕਿ ਤੁਸੀਂ ਵੱਧਾ ਚੱਟੀ ਜੋ ਭਰੇ। ਬੋਲੋ ਵੱਧੋ ਰੁੱਤਾ ਵੀ, ਮੈਂ ਸਤਸੰਗ ਚ ਆਈ ਗਿਆ, ਲੋਕੀ ਕਹਿਣਗੇ ਵਾਹਿਗੁਰੂ ਤਾਂ ਕਹਿੰਦਾ ਨੀ, ਵਾਹਿਗੁਰੂ ਤੇ ਕਹਿ ਨਹੀਂ ਰਿਹਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵੱਧਾ ਚੱਟੀ ਜੋ ਭਰੇ, ਤੈਨੂੰ ਨੀ ਪਤਾ, ਨਿੱਕੀ ਗੁੜੀਆ ਨੂੰ ਨੀ ਪਤਾ, ਚੱਟੀ ਦੱਸ ਦੀ ਭੈਣ ਬਾਹਰ ਜਾ ਕੇ ਇਹਨੂੰ ਚੱਟੀ ਭਰਨੀ, ਡੰਨ ਭਰਨਾ, ਡੰਨ ਭਰਨਾ, ਫਾਈਨ ਭਰਨਾ, ਵਾਹਿਗੁਰੂ
ਬੰਨ ਕੇ ਆਖਿਆ ਵੀ ਬੋਲੋ ਵਾਹਿਗੁਰੂ ਤੇ ਵੱਜ ਕੇ ਕਹਿਣ ਡਿਆ ਵਾਹਿਗੁਰੂ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਆਖਿਆ ਜੀ ਕਿਸ ਤਰ੍ਹਾਂ ਕਰੀਏ, ਕਹਿੰਦੇ ਸੇਤੀ ਖੁਸ਼ੀ ਸਵਾਰੀਏ, ਖੁਸ਼ੀ ਨਾਲ ਜਪ ਵਾਹਿਗੁਰੂ ਵੀ ਮੇਰੇ ਵੱਡੇ ਭਾਗ ਨੇ ਮਨੁੱਖਾਂ ਦੇ ਦੀ ਆ ਕਰਮਾਂ ਵਾਲੀ ਭਾਗਾਂ ਵਾਲੀ ਘੜੀ ਆਈ, ਮੇਰੇ ਮੂੰਹ ਚੋਂ ਉਹ ਨਾਮ ਨਿਕਲਿਆ ਜਿਹੜਾ ਮੇਰਾ ਗੁਰੂ ਕਢਾਉਣਾ ਚਾਹੁੰਦਾ ਹੈ। ਗੁਰੂ ਤੇਰੇ ਮੂੰਹ ਚੋਂ ਚੁਗਲੀ ਨਹੀਂ ਕਢਾਉਣਾ ਚਾਹੁੰਦਾ, ਗੁਰੂ ਤੇਰੇ ਮੂੰਹ ਚੋਂ ਨਿੰਦਿਆ ਨਹੀਂ ਕਢਾਉਣਾ ਚਾਹੁੰਦਾ। ਗੁਰੂ ਤੈਨੂੰ ਕਹਿੰਦਾ ਤੂੰ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪ, ਮੇਰੀ ਖੁਸ਼ੀ ਇਸ ਗੱਲ ਵਿੱਚ, ਮੇਰੀ ਖੁਸ਼ੀ ਇਸ ਗੱਲ ਵਿੱਚ। ਆਖਿਆ ਕਿਸ ਤਰ੍ਹਾਂ ਗਾਈਏ, ਕਹਿੰਦੇ ਠਾਕੁਰ ਗਾਈਏ ਆਤਮਕ ਚਾਹ ਵਿੱਚ ਆਣ ਕੇ। ਨਾਮ ਜਦੋਂ ਜਪੇ ਸਵੇਰੇ ਵੀ ਬੈਠੇ ਘੰਟਾ, ਤੇ ਉਦੋਂ ਤੇਰੇ ਮਨ ਚ ਇਹ ਨਾ ਹੋਵੇ ਮੈਂ ਘੜੀ ਮੁੜੀ ਘੜੀ ਵੇਖਣੀ ਆ। ਜੇ ਤੂੰ ਘੜੀ ਵੇਖ ਰਿਹਾ ਤੇ ਸਮਝ ਲਾ ਫਿਰ ਵੱਧਾ ਚੱਟੀ ਭਰ ਰਹੇ ਆ। ਚਾਹ ਨਾਲ ਉੱਠ, ਜਦੋਂ ਟੂਟੀ ਤੱਕ ਜਾਣਾ ਹੈ ਤੇਰੇ ਪੈਰਾਂ ਚ ਇੱਕ ਖੁਸ਼ੀ ਹੋਵੇ। ਇਹ ਨਾ ਹੋਵੇ ਟੂਟੀ ਤੱਕ ਜਾਂਦਿਆਂ ਜਾਂਦਿਆਂ ਹੱਥ ਪਾ ਕੇ ਕੰਧ ਨੂੰ ਕਹਿਣ ਡਿਆ ਹੋਵੇ ਸਾਰੀ ਦੁਨੀਆਂ ਸੁੱਤੀ ਆ ਮੈਨੂੰ ਸਿਆਪਾ ਪੈ ਗਿਆ। ਨਾ 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 ਨਾ, ਖੁਸ਼ੀ ਨਾਲ ਉੱਠ ਤੇ ਇਤਰਾ ਜਾ ਜਿਸ ਤਰ੍ਹਾਂ ਭਾਈ ਦਿਆਲਾ ਦੇਗ ਵੱਲ ਗਿਆ ਸੀ। ਭਾਈ ਦਿਆਲੇ ਨੂੰ ਬਾਹੋਂ ਫੜ ਕੇ ਦੋ ਜਲਾ ਤੇ ਕਹਿਣ ਲੱਗੇ ਤੈਨੂੰ ਦੇਗ ਚ ਪਾਉਣਾ। ਸੁਣਿਓ ਇੱਕ ਮਿੰਟ ਸਮਾਂ ਭੱਜ ਗਿਆ। ਬਾਹੋਂ ਫੜ ਕੇ ਕਹਿੰਦੇ ਤੈਨੂੰ ਦੇਗ ਚ ਪਾਉਣਾ ਤੇ ਭਾਈ ਦਿਆਲਾ ਬਹੁਤ ਜਵਾਨ ਸੀ, ਸਾਡੇ ਚ ਇੱਥੇ ਕੋਨਾ ਜਵਾਨ ਬੰਦਾ ਹੀ ਨਹੀਂ ਬੈਠਾ, ਜਿੰਨੇ ਉੱਚੇ ਲੰਬੇ ਸੀ ਭਾਈ ਦਿਆਲਾ ਜੀ, ਐਡੇ ਐਡੇ ਡੋਲੇ ਸੀ ਭਾਈ ਦਿਆਲੇ ਦੇ। ਤੇ ਭਾਈ ਦਿਆਲੇ ਨੇ ਇਸ ਤਰ੍ਹਾਂ ਛਡਾਇਆ ਜਲਾਦਾਂ ਕੋਲੋਂ ਤੇ ਕਹਿੰਦੇ ਭੱਜਣਾ ਚਾਹੁੰਦਾ ਹੈ? ਕਹਿੰਦੇ ਨਹੀਂ। ਭਾਈ ਦਿਆਲਾ ਕਹਿੰਦਾ ਨਹੀਂ। ਕਹਿੰਦੇ ਬਾਹਵਾਂ ਛਡਾ ਲਈਆਂ ਸੀ? ਕਹਿੰਦੇ ਜੇ ਤੁਸੀਂ ਮੈਨੂੰ ਫੜ, ਸੁਣਿਓ, ਜੇ ਤੁਸੀਂ ਮੈਨੂੰ ਫੜ ਕੇ ਖੜ ਕੇ ਦੇਵ ਚ ਪਾਇਆ ਨਾ ਤੇ ਸਾਹਮਣੇ ਕੋਈ ਇਤਿਹਾਸ ਲਿਖਣ ਡਿਆ ਹੋਇਆ ਮੌਕੇ ਦਾ ਤੇ ਉਹਨੇ ਇਹ ਲਿਖ ਦੇਣਾ ਹੈ ਵੀ ਭਾਈ ਸਾਹਿਬ ਬਹਿਣਾ ਨਹੀਂ ਸੀ ਚਾਹੁੰਦੇ। ਨਹੀਂ ਪਤਾ ਲੱਗਾ ਕੀ ਹੋਇਆ? ਜਬਰਦਸਤੀ ਪਾਇਆ ਤੇ ਉਹਨਾਂ ਕਿਹਾ ਫੇਰ? ਕਹਿੰਦੇ ਛੱਡ ਦੋ ਬਾਹਾਂ, ਤੈਨੂੰ ਉਬਲਦੀ ਦੇਖ ਨਹੀਂ ਦਿਸਦੀ? ਕਹਿੰਦਾ ਨਾ, ਜਿੱਥੇ ਉਬਲਦੀ ਦੇਖ ਦਿਸਦੀ ਆ ਉੱਥੇ ਮੇਰਾ ਗੁਰੂ ਵੀ ਦਿਸਦਾ। ਉਸ ਉਬਲਦੇ ਪਾਣੀ ਚੋਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਆ ਮੇਰੇ ਗੱਲ ਲੱਗ। ਸਿੱਖਾਂ ਨੂੰ ਖੁਸ਼ੀ ਕਹਿੰਦੇ ਸੀ, ਖੁਸ਼ੀ ਨਾਲ ਕੋਈ ਕੰਮ ਕਰ। ਭਾਈ ਸਾਹਿਬ ਨੂੰ ਕਿਸੇ ਨੇ ਫੜ ਕੇ ਖੜ ਕੇ ਨਹੀਂ ਪਾਇਆ, ਖੁਸ਼ੀ ਨਾਲ ਗਏ। ਠਾਕੁਰ ਗਾਈਏ ਸਰਨੀ ਪਾਵਨ ਤੇ ਨਾਮ ਤੇ ਆਵਨ ਤੇ ਸਹਿਜ ਸਮਾਵਨ। ਆ ਭਾਈ ਸਾਹਿਬ ਕੀਰਤਨ ਕਰਦੇ ਸੀ, ਭਾਗਾਂ ਵਾਲੇ ਸੁਣਦੇ ਹੋਣਗੇ। ਕਰ ਕਰ ਟਹਿਲ ਰਸਨਾ ਗੁਣ ਗਾਓ। ਜਦੋਂ ਤੁਸੀਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਨਾ ਤੇ ਹੱਥ ਚ ਜੋੜੇ ਹੋਣ, ਹੱਥ ਜੂਠੇ ਬਰਤਨ ਹੋਣ, ਉਧਰੋਂ ਬਰਤਨ ਮਾਂਜੀ ਜਾਓ ਤੇ ਉਧਰੋਂ ਵਾਹਿਗੁਰੂ 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 ਵਾਹਿਗੁਰੂ।
ਉਹਨਾਂ ਨੂੰ ਫਿਰ ਪੁੱਛੋ ਰੰਗ ਮੀਂਜ ਪ੍ਰੇਮ ਇੰਨੀ ਦੇਰ, ਗੁਰਪ੍ਰੀਤ ਸਿੰਘ ਇੰਨੀ ਦੇਰ ਨਹੀਂ ਫਟ ਦੱਸਣਾ ਜਾਂ ਭੁੱਲ ਗਿਆ ਮਨ ਖਿੰਡਿਆ ਕਿਤੇ। ਸੁਣਿਓ ਧੀਓ, ਪਿੰਡ ਦੀਆਂ 7 ਕੁੜੀਆਂ ਇੱਕ ਦਿਨ ਸ਼ਹਿਰ ਵੇਖਣ ਆਈਆਂ, ਰੰਗ ਪਹਿਲੀ ਵਾਰ ਸ਼ਹਿਰ ਵੇਖਿਆ ਸੀ। ਪਿੰਡ ਦੀਆਂ 7 ਕੁੜੀਆਂ ਇਕੱਠੀਆਂ ਕਿਤੇ ਟਾਂਗਿਆਂ ਟੂੰਗਿਆਂ 'ਤੇ ਚੜ੍ਹ ਕੇ ਲੋਕੀ ਉਦੋਂ ਆਉਂਦੇ ਸੀ ਆਏ, ਅਤੇ ਜਿਹੜੀ ਚੀਜ਼ ਵੇਖਣ ਬੜੀ ਹੈਰਾਨੀ ਨਾਲ ਵੇਖਣ, ਸ਼ਹਿਰ ਕਦੀ ਵੇਖਿਆ ਨਹੀਂ ਸੀ। ਵਾਹਿਗੁਰੂ ਵਹਿੰਦੀਆਂ ਵਹਿੰਦੀਆਂ ਨੇ ਇੱਕ ਵੇਖਿਆ ਅਤੇ ਇੱਕ ਬਾਬਾ ਬਜ਼ੁਰਗ ਚੁੰਨੀਆਂ ਰੰਗ ਰਿਹਾ, ਚੁੰਨੀਆਂ ਵਾਹਿਗੁਰੂ ਰੰਗ ਦੀ ਗੱਲ ਚੱਲ ਰਹੀ ਨਾ, ਆਖੋ ਵਾਹਿਗੁਰੂ ਕੀ ਰੰਗ ਰਿਹਾ ਚੁੰਨੀਆਂ। ਪਤਾ ਵੇਖੀਆਂ ਸ਼ਹਿਰਾਂ ਚ ਜਿੱਥੇ ਚੁੰਨੀਆਂ ਚੱਲੀਆਂ ਰੰਗ ਦੇ, ਚੌਂਕੜਾ ਮਾਰਤੀ ਇਹ ਚੌਂਕੜਾ, 2 ਮਿੰਟ ਬਾਕੀ ਰਹਿ ਗਏ। ਚੁੰਨੀਆਂ ਰੰਗ ਦੇ ਬਾਬੇ ਨੂੰ ਵੇਖਿਆ ਤੇ ਨਾਲ ਦੀਆਂ ਦੇ ਨਾਲੋਂ ਧਿਆਨ ਨਾਲ ਵੇਖ ਲਿਆ ਵੀ ਇੱਥੇ ਕੀ ਹੋ ਰਿਹਾ, ਰੰਗ ਚੜ੍ਹ ਰਿਹਾ, ਚਿੱਟੀ ਚੁੰਨੀ ਪਾਉਂਦਾ ਏ ਤੇ ਸੋਹਣਾ ਨੀਲਾ ਰੰਗ ਕੇ ਪੀਲਾ ਰੰਗ ਕੇ ਬਾਹਰ ਕੱਢ ਦਿੰਦਾ ਏ, ਇਹ ਹੋ ਕੀ ਰਿਹਾ ਏ। ਕਿੰਨੇ ਵੇਖਿਆ? ਇੱਕ ਕੁੜੀ ਨੇ, ਦੂਸਰੀਆਂ 6 ਅੱਗੇ ਚਲੇ ਗਈਆਂ। ਇਹ ਉੱਥੇ ਖਲੋਤੀ ਰਹੀ ਇਸ ਤਰ੍ਹਾਂ ਕਰਕੇ ਵਹਿੰਦੀ, ਤੇ ਬਾਪੂ ਨੇ ਆਵਾਜ਼ ਮਾਰੀ ਚੁੰਨੀਆਂ ਰੰਗਣ ਵਾਲੇ ਨੇ, ਬੇਟਾ ਤੇਰੇ ਨਾਲ ਦੀਆਂ ਚਲੇ ਗਈਆਂ, ਸੁਣ ਰਹੇ ਹੋ ਜੀ, ਤੇਰੇ ਨਾਲ ਦੀਆਂ ਚਲੇ ਗਈਆਂ, ਕੀ ਵਹਿਨੀ ਹੈ? ਬਾਪੂ ਮੈਂ ਤੈਨੂੰ ਪੁੱਛਾਂ ਇਹ ਕੀ ਕਰਦਾ ਹੈ? ਕਹਿੰਦਾ ਮੈਂ ਚੁੰਨੀਆਂ ਰੰਗਦਾ। ਆਖੋ ਵਾਹਿਗੁਰੂ ਮੈਂ ਚੁੰਨੀਆਂ। ਤੇ ਗੁੜੀਆ ਨੇ ਆਖਿਆ ਮੇਰੀ ਵੀ ਰੰਗ ਦੇਗਾ, ਭਾਗਾਂ ਵਾਲੇ ਹੁੰਦੇ ਜਿਹੜੇ ਇਸ ਲਲਾਰੀ ਨੂੰ ਕਹਿੰਦੇ ਮੈਨੂੰ ਵੀ ਰੰਗ ਦੇਗਾ। ਬੇਰੰਗ ਦੁਨੀਆ ਤੁਰੀ ਫਿਰਦੀ, ਬੇਰੰਗ ਦੁਨੀਆ, ਕੋਈ ਰੰਗ ਨਹੀਂ, ਕੋਈ ਚਾਹ ਨਹੀਂ, ਕੋਈ ਪ੍ਰੇਮ ਨਹੀਂ, ਮੁਰਦਿਆਂ ਵਾਂਗ ਲੋਕੀ ਤੁਰੇ ਫਿਰਦੇ, ਸ਼ਹਿਰਾਂ ਦੇ ਸ਼ਹਿਰ ਭਰੇ, ਮੇਰੀ ਵੀ ਰੰਗ ਦੇਗਾ ਚੁੰਨੀ, ਪਤਾ ਲੱਗਿਆ। ਉਹਨੇ ਕਿਹਾ ਲਿਆ ਪੁੱਤ ਤੇਰੀ ਵੀ ਚੁੰਨੀ ਰੰਗ ਦੇਣਾ। ਜਦੋਂ ਉਹਨੇ ਕਿਹਾ ਲਿਆ ਤੇ ਕਹਿੰਦੀ ਕੀ ਲਿਆਵਾਂ? ਕਹਿੰਦੇ ਜਿਹੜੀ ਚੀਜ਼ ਲਗਾਉਣੀ ਸਿਰ ਤੋਂ ਲਾਉਣੀ ਤੇ ਪੈਣੀ। ਸੁਣਿਓ ਆਖਿਰ ਜੇ ਮੈਂ ਚੁੰਨੀ ਰੰਗਾਉਣੀ, ਹਜੂਰੀਆ ਰੰਗਾਉਣਾ ਤੇ ਮੈਨੂੰ ਲਾਹ ਕੇ ਦੇਣਾ ਪੈਣਾ। ਮਗਰ ਧੀ ਕਿਸੇ ਭਲੀ ਮਾਂ ਦੀ ਸੀ, ਧੀ ਕਿਸੇ ਭਲੇ ਪਿਓ ਦੀ ਸੀ। ਸੁਣਿਓ ਧਿਆਨ ਨਾਲ, ਆਉਣ ਵਾਲੀਆਂ ਨਸਲਾਂ ਲਈ ਮੈਸੇਜ ਵੀ ਚੰਗਾ ਜੇ। ਕੁੜੀ ਨੇ ਆਖਿਆ ਬਾਬਾ ਤੇਰਾ ਚਿੱਟਾ ਦਾੜਾ ਹੋ ਗਿਆ, ਮੂੰਹ ਚ ਤੇਰੇ ਚ ਦੰਦ ਕੋਈ ਨਹੀਂ, ਮਗਰ ਮੈਨੂੰ ਇਸ ਤਰ੍ਹਾਂ ਪਤਾ ਲੱਗਦਾ ਵੀ ਇਹ ਤੇਰੇ ਦੰਦ ਕਿਤੇ ਐਵੇਂ ਹੀ ਨਿਕਲ ਗਏ ਨੇ, ਚਿੱਟਾ ਤੇਰਾ ਦਾੜਾ ਐਵੇਂ ਹੀ ਹੋ ਗਿਆ। ਫੇਰ ਬੋਲ ਕੀ ਕਿਹਾ? ਕਹਿੰਦਾ ਪੁੱਤ ਸਿਰ ਤੋਂ ਚੁੰਨੀ ਲਾ ਕੇ ਦੇ, ਮੈਂ ਤੇਰੀ ਚੁੰਨੀ ਰੰਗ ਦਾਂ। ਤੇ ਕੁੜੀ ਭੋਲੀ ਜੀ ਨੇ ਆਖਿਆ ਬਾਬਾ ਇੱਕ ਚੰਗੀ ਮਾਂ ਦਾ ਦੁੱਧ ਪੀਣ ਵਾਲੀ ਧੀ ਕਦੀ ਸਿਰ ਨੰਗਾ ਨਹੀਂ ਕਰਦੀ। ਸੁਣੋ ਭਲਾ ਮੈਂ ਕੀ ਕਿਹਾ, ਜਿਹਨੇ ਚੰਗੀ ਮਾਂ ਦਾ ਦੁੱਧ ਪੀਤਾ ਹੋਵੇ ਉਹ ਆਪਣਾ ਸਿਰ ਕਦੀ, ਹੁਣ ਚੁੱਪ ਹੋ ਗਈਆਂ ਜੇ ਸਾਰੀਆਂ ਬੋਲੋ ਨਾ, ਸਿਰ ਕਦੀ। ਤੇ ਬਾਬਾ ਜਿਹੜਾ ਚੰਗੇ ਪਿਓ ਦੇ ਧੀ ਆ ਨਾ, ਉਹ ਵੀ ਕਦੀ ਸਿਰ ਨੰਗਾ ਨਹੀਂ ਕਰਦੀ, ਉਹ ਆਪਣੇ ਸਿਰ ਨੂੰ ਢੱਕ ਕੇ ਰੱਖਦੀ। ਉਹਨੇ ਕਿਹਾ ਬੱਚੀਏ ਰੰਗੂੰਗਾ ਮੈਂ ਤਾਂ ਹੀ ਜੇ ਤੂੰ ਸਿਰ ਤੋਂ ਲਾਹ ਕੇ ਦੇਂਗੀ ਚੁੰਨੀ। ਇਸ਼ਾਰਾ ਇਹ ਸੀ ਜੇ ਤੁਸੀਂ ਮਨ ਰੰਗਾਉਣਾ ਚਾਹੁੰਦੇ ਹੋ ਤੇ ਫਿਰ ਮਨ ਗੁਰੂ ਨੂੰ ਦੇਣਾ ਤੇ ਪੈਣਾ, ਤਾਂ ਹੀ ਰੰਗਿਆ ਜਾਓ। ਜੇ ਤੁਸੀਂ ਕਹੋ ਪੈਸੇ ਰੱਖ ਕੇ ਮਨ ਆਪਣਾ ਉਤਰਾਂ ਦਾ ਉਤਰਾਂ ਹੀ ਲੈ ਜਾਓ ਤੇ ਰੰਗ ਤੇ ਨਹੀਂ ਜੇ ਚੜ੍ਹਨਾ। ਰੰਗ ਤੇ ਉਦੋਂ ਚੜ੍ਹਨਾ ਜਦੋਂ ਮਨ ਵੇਚਿਆ। ਬੋਲੋ ਫਿਰ ਬੋਲੋ, ਆਪਣੇ ਤੋਂ ਅਲੱਗ ਕਰਕੇ ਮਨ ਗੁਰੂ ਦੇ ਚਰਨਾਂ ਚ ਰੱਖੂ ਤੇ ਸੇਵਕ ਕੇ ਕਾਰਜ
ਤੁਹਾਨੂੰ ਇਸ ਗੱਲ ਦੀ ਪਤਾ ਲੱਗ ਗਿਆ ਜੋ ਮੈਂ ਕਹਿਣਾ ਚਾਹੁੰਦਾ ਸੀ ਧੀ ਨੇ ਕੀ ਆਖਿਆ ਤੇ ਬਾਬੇ ਨੇ ਕੀ ਆਖਿਆ? ਜੇ ਪਤਾ ਲੱਗ ਗਿਆ ਫਿਰ ਮੈਂ ਹੁਣ ਉਹ ਸ਼ਬਦ ਦੀ ਵਿਚਾਰ ਕਰ ਲਾਂ। ਪਤਾ ਲੱਗ ਗਿਆ ਜਿੰਨਾ ਚਿਰ ਤੁਸੀਂ ਆਪਣੇ ਮਨ ਨੂੰ ਆਪਣੇ ਤੋਂ ਉਹ ਚੁੰਨੀ ਮੰਗੋ। ਤੇ ਕੁੜੀ ਨੇ ਤੇ ਇੱਕ ਸਿਧਾਂਤਕ ਗੱਲ ਕਹੀ ਸੀ ਵੀ ਨੰਗਾ ਸਿਰ ਨਹੀਂ ਹੁੰਦਾ, ਮੈਂ ਚੁੰਨੀ ਤੈਨੂੰ ਕਿਸ ਤਰ੍ਹਾਂ ਦੇ ਦਾਂ? ਤੇ ਬਾਬੇ ਦਾ ਸਵਾਸੀ ਜਿੰਨਾ ਚਿਰ ਤੂੰ ਆਪਣੇ ਤੋਂ ਅਲੱਗ ਕਰਕੇ ਚੁੰਨੀ ਨਹੀਂ ਦਿੰਦੀ ਉਹਨਾਂ ਚਿਰ ਮੈਂ ਰੰਗੂ ਕਿਸ ਤਰ੍ਹਾਂ? ਗੁਰੂ ਵੀ ਤੈਨੂੰ ਕਹਿੰਦਾ ਹੈ ਜੇ ਤੂੰ ਆਪਣਾ ਮਨ ਮੇਰੇ ਚਰਨਾਂ 'ਚ ਨਹੀਂ ਰੱਖਦਾ ਮੈਂ ਰੰਗਾਂ ਕਿਸ ਤਰ੍ਹਾਂ? ਮਨ ਦੇਣਾ ਪੈਣਾ ਹੈ ਗੁਰੂ। ਮਨ ਦਾ ਮਤਲਬ ਹੁੰਦਾ ਆਪਣੇ ਥਾਟ। ਮਨ ਕੋਈ ਪੀਸ ਨਹੀਂ ਗਾ ਸਰੀਰ 'ਚ, ਆਪਣੇ ਥਾਟ ਗੁਰੂ ਦੇ ਅੱਗੇ ਰੱਖ ਦੇਣੇ ਤੇ ਉਹਦੇ ਉੱਤੇ ਗੁਰੂ ਦਾ ਰੰਗ ਚਾੜ ਦੇਣਾ। ਇੱਕ ਵਾਰ ਪੁੱਛਦਾ ਆਪ ਜੀ ਨੂੰ, ਮੈਂ ਕਿਹੜਾ ਬੂਟਾ ਕਿਹਾ ਸੀ ਪੁੱਤ? ਉਧਰੋਂ ਬੋਲ ਪਈ ਮੇਰੀ ਧੀ, ਕਿਹਦਾ? ਸਿੱਖੀ ਦਾ। ਉਹਨੂੰ ਪਾਣੀ ਕਾਹਦਾ ਪਾਉਣਾ ਹੈ? ਸ਼ਾਬਾਸ਼, ਫਿਰ ਤੇ ਮੈਂ ਪਾਸ ਹੋ ਗਿਆ, ਮੇਰਾ ਆਉਣਾ ਸਫਲ ਹੋ ਗਿਆ। ਬੂਟਾ ਕਾਹਦਾ? ਪਾਣੀ, ਫਲ ਗੁਰੂ ਦੇ ਵਿਚਾਰਾਂ ਦੇ। ਜਿੱਦਣ ਕਦੀ ਤੁਹਾਡੇ ਅੰਦਰ ਗੁਰਬਾਣੀ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ, ਸਮਝ ਲਓ ਤੁਹਾਨੂੰ ਸਿੱਖੀ ਦੇ ਬੂਟੇ ਦੇ ਫਲ ਲੱਗਣੇ ਸ਼ੁਰੂ ਹੋ। ਕਰੋ ਕਿਰਪਾ ਮੇਰਾ ਵੀਰ, ਗੁਰਸਿੱਖ ਮਾਈਆਂ ਭਾਈਆਂ ਆਸਟ੍ਰੇਲੀਆ ਬੈਠੀਆਂ ਜੇ ਧੀਓ, ਆਪਣੇ ਆਪ ਨੂੰ ਚੇਂਜ ਕਰੋ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹਨੂੰ ਕੌਡੀਆਂ ਦੇ ਭਾਣਾ ਵੇਚੋ, ਇਹ ਮਨੁੱਖਾ ਜਨਮ ਹੀਰਾ ਲਾਲ ਅਮੋਲਕ ਹੈ ਭਾਰੀ। ਬੋਲੋ ਹੀਰਾ, ਬੜਾ ਸੋਹਣਾ ਬਚਨ ਹੈ ਤੇਰੇ ਸੁਣਨ ਵਾਲਾ। ਹੀਰਾ ਲਾਲ ਅਮੋਲਕ ਹੈ ਕੀ ਮਨੁੱਖਾ ਦੇ, ਆ ਆ ਜਿਹੜਾ ਬਿਨ ਗਾਹਕ, ਇਹਨੂੰ ਗਾਹਕ ਨਹੀਂ ਮਿਲਿਆ। ਕਿਸੇ ਨੇ ਰਾਧਾ ਸਵਾਮੀ ਅੱਗੇ ਵੇਚਤਾ, ਕਿਸੇ ਨੇ ਨਿਰੰਕਾਰੀ ਅੱਗੇ ਵੇਚਤਾ, ਕਿ ਸੱਚੇ ਸੌਦੇ ਵਾਲੇ ਨੂੰ ਵੇਚਤਾ, ਕਿਸੇ ਨੇ ਬਾਬੇ ਨੂੰ ਵੇਚਤਾ, ਗਾਹਕ ਨਹੀਂ ਇਹਨੂੰ ਮਿਲਿਆ। ਤੇ ਵੇਚ ਦਿੱਤਾ ਬੜਾ ਸਸਤਾ। ਬਿਨ ਗਾਹਕ ਮੀਕਾ, ਮੀਕਾ ਮਾਨੇ ਵਿਕ ਗਿਆ, ਮੀਕਾ ਮਿੰਜ ਬਿਨ ਗਾਹਕ ਮੀਕਾ ਕਾਖਾ ਆਉਂਦੀ ਬਾਣੀ ਕਿਸੇ ਨੂੰ? ਮੀਕਾ ਕਾਖਾ ਮਾਨੇ ਕੱਖਾਂ ਦੇ ਭਾਅ, ਜਿਹੜਾ ਲੱਖਾਂ ਦਾ ਏਡਾ ਸੋਹਣਾ ਹੀਰਾ ਮਨੁੱਖਾ ਦੇ ਸੀ, ਵੇਚਤੀ ਕਿਸੇ ਦੇ ਅੱਗੇ। ਰਤਨ ਗਾਹਕ ਗੁਰ ਪੂਰਾ ਮਿਲਿਓ, ਇਸ ਰਤਨ ਦਾ ਗਾਹਕ ਕੌਣ ਹੈ? ਪੂਰਾ ਗੁਰੂ। ਜਦੋਂ ਉਹਦੇ ਅੱਗੇ ਵੇਚਣ ਜਾਂਦੇ ਹੋ ਨਾ, ਉਹ ਤੁਹਾਨੂੰ ਜਾਂਦਿਆਂ ਨੂੰ ਕਹਿੰਦਾ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਜਨਮ ਸੋਹਿਲਾ, ਹੋਏ ਜਨਮ ਸੋਹਿਲਾ, ਹੋਏ ਜਨਮ ਸੋਹਿਲਾ। ਉਹ ਨੀ ਤੰਤਰ ਮੰਤਰ ਜੰਤਰ ਦਿੰਦਾ, ਕਹਿੰਦਾ ਸੱਜਣਾ ਜੇ ਇਹਦਾ ਮੁੱਲ ਪਾਉਣਾ ਹੀ ਨਾ ਮਨੁੱਖਾ ਜਨਮ ਦਾ, ਤੇ ਕੀ ਕਰ? ਅੰਮ੍ਰਿਤ ਛਕ, ਗੁਰੂ ਵਾਲਾ ਬਣ, ਇਹ ਲੱਖਾਂ ਦਾ ਹੋ ਜੂ। ਮੇਰਾ ਸਤਿਗੁਰੂ ਨਾਵੇਂ ਪਾਤਸ਼ਾਹ ਦੇ ਅੰਮ੍ਰਿਤ ਬੋਲ ਜਣੇ ਨੇ ਅਗਲੇ, ਯਤਨ ਬਹੁਤ ਸੁੱਖ ਕੇ ਕੀਏ। ਇਤਰਾਂ ਬੈਠੋ, ਥੋੜ੍ਹਾ ਜਿਹਾ ਆਪਣੇ 'ਤੇ ਭਾਰ ਪਾ ਕੇ ਨਾਲ ਨਾਲ ਬੋਲੋ। ਸਾਰਾ ਜਿੰਨਾ ਤੁਸੀਂ ਇੱਥੇ ਆਏ ਹੋ, ਆਸਟ੍ਰੇਲੀਆ ਆਉਣ ਦਾ ਮਕਸਦ ਕੀ? ਸੁੱਖ, ਸੁੱਖ ਵੀ ਇੱਥੇ ਕੋਈ ਨਿਆ ਨਹੀਂ ਦਿੰਦਾ, ਉੱਥੇ ਰੋਟੀ ਕਮਾਵਾਂਗੇ, ਰਾਤ ਨੂੰ ਮਜ਼ਦੂਰੀ 'ਤੇ ਮਿਲੂ, ਕੋਈ ਇਹ ਤਾਂ ਨਹੀਂ ਖਾਜੂ ਵਿੱਚੋਂ। ਆਖੋ ਵਾਹਿਗੁਰੂ, ਵਾਹਿਗੁਰੂ। ਇੱਥੇ ਆਏ ਤੇ ਸੁੱਖ ਲਈ, ਔਲਾਦ ਪੈਦਾ ਕੀਤੀ ਤੇ ਸੁੱਖ ਲਈ, ਗੱਡੀਆਂ ਲਈਆਂ ਤੇ ਸੁੱਖ ਲਈ, ਹਰ ਕਰਮ
ਮੇਰਾ ਨਵਾਂ ਪਾਤਸ਼ਾਹ ਕਹਿੰਦਾ ਯਤਨ ਬਹੁਤ ਸੁੱਖ ਕੇ ਕੀ ਏ ਵਾਹਿਗੁਰੂ, ਤੇ ਦੁੱਖ ਕੋ ਕੀ ਹੋਣਾ ਹੋਏ। ਦੁੱਖ ਦਾ ਇਹਦਾ ਅਰਥ ਹੀ ਨਹੀਂ ਬਣਦਾ ਵੀ ਦੁੱਖ ਕੋ ਦੁੱਖ ਲਈ ਵੀ ਕੋਈ ਯਤਨ ਕਰਨਾ ਸੀ ਨਾ, ਇਹਦਾ ਅਰਥ ਇਹ ਬਣਦਾ ਵੀ 24 ਘੰਟੇ ਤੇਰੇ ਦਿਲ ਸੀ ਮੈਂ ਸੁੱਖ ਪ੍ਰਾਪਤ ਕਰਾਂ, ਮਗਰ ਤੂੰ ਇਸ ਗੱਲੋਂ ਬਿਲਕੁਲ ਬੇਫਿਕਰ ਰਿਹਾ ਹੈ ਵੀ ਕੋਈ ਉਹ ਵੀ ਯਤਨ ਕਰਾਂ ਜੇ ਕਿਤੇ ਦੁੱਖ ਆ ਜਾਏ ਜ਼ਿੰਦਗੀ 'ਚ ਤਾਂ ਫਿਰ ਕੀ ਕਰਨਾ, ਨਹੀਂ ਬਦਲ ਉਤਰਿਆ ਕਿ ਨਹੀਂ ਅੰਦਰ ਵਾਹਿਗੁਰੂ ਜਿੰਦੇ ਰਹੋ। ਜੇ ਸੁੱਖ ਲਈ ਤੇ ਯਤਨ ਕੀਤੇ ਵੀ ਮੈਂ ਆਹ ਬਣਾਊਂਗਾ ਘਰ ਤੇ ਆਰਾਮ ਨਾਲ ਵਿੱਚ ਰਿਹਾ ਕਰੂੰ, ਇਹ ਚੇਤਾ ਭੁੱਲ ਗਿਆ ਵੀ ਘਰ ਬਣਾ ਕੇ ਜੇ ਰੱਬ ਨਾ ਕਰੇ ਬਿਮਾਰੀ ਕੋਈ ਲੱਗ ਗਈ ਤੇ ਫਿਰ ਕੀ ਕਰੂੰ, ਵਾਹਿਗੁਰੂ ਉਹਦੇ ਲਈ ਯਤਨ ਵੀ ਕਰਨਾ ਸੀ ਵਾਹਿਗੁਰੂ 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 ਵਾਹਿਗੁਰੂ। ਇੱਕ ਵਾਰ ਫਿਰ ਰਿਪੀਟ ਕਰੋ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਦੇ ਮੁਕਾਬਲੇ ਲਈ ਕੁਛ ਨਾ ਕੀਤਾ ਵੀ ਰੱਬ ਨਾ ਕਰੇ ਕੱਲ ਪੋਤਾ ਅੱਖੇ ਲੱਗਣੋਂ ਹਟ ਜੇ ਫਿਰ ਕੀ ਕਰੂੰ, ਵਾਹਿਗੁਰੂ ਉਹਦੇ ਲਈ ਕੀ ਬੂਟੇ ਚੋਂ ਪਾਣੀ ਪਾਇਆ, ਆਪਣਾ ਬੱਚਾ ਜਿਹੜਾ ਤੁਹਾਡਾ ਪਲ ਰਿਹਾ ਨਾ ਤੁਹਾਡੇ ਕੋਲ ਇੱਕ ਪਲਾਂਟ ਆ ਤੁਹਾਡੇ ਘਰ, ਮੈਂ ਇੱਕ ਬੀਬੀ ਦੇ ਘਰ ਰਹਿੰਦਾ ਅਮਰੀਕਾ ਜਾ ਕੇ, ਆਖੋ ਵਾਹਿਗੁਰੂ ਉਹਨੂੰ ਰੱਬ ਨੇ ਦੋ ਪੁੱਤ ਬਖਸ਼ੇ, ਅਖੰਡ ਕੀਰਤਨ ਜਥੇ ਦੀ ਸੀ ਬੱਚੇ, ਵਾਹਿਗੁਰੂ ਰੱਬ ਨੇ ਉਹਨੂੰ ਦੋ ਪੁੱਤ ਬਖਸ਼ੇ। ਜਦੋਂ ਮੈਂ ਕਦੀ ਵੇਹਦਾ ਹਾਂ ਤੇ ਉਹ ਸਵੇਰੇ ਉੱਠ ਕੇ ਸਕੂਲੇ ਜਾਣ ਤੋਂ ਪਹਿਲਾਂ ਜਦੋਂ ਬੱਚਿਆਂ ਨੂੰ ਉਠਾਉਂਦੀ ਸੀ ਨਾ ਤੇ ਸਾਹਮਣੇ ਜਾ ਕੇ ਹੱਥ ਜੋੜ ਕੇ ਕਹਿੰਦੀ ਆਪ ਜੀ ਉੱਠੋ ਇਸ਼ਨਾਨ ਕਰ ਲਓ ਮੈਂ ਆਪ ਜੀ ਦਾ ਲੰਗਰ ਬਣਾਵਾਂ, ਕਹਿੰਦੀ ਨੀ ਨਾ। ਤੇ ਮੈਂ ਕਈ ਵਾਰ ਉਹਨੂੰ ਆਖਿਆ ਵੀ ਬੇਟਾ ਤੂੰ ਇਹਨਾਂ ਨੂੰ ਹੱਥ ਜੋੜ ਕੇ ਗੱਲ ਕਰਦੀ ਹੈ, ਕਹਿੰਦੀ ਇਹ ਮੇਰੇ ਬੂਟੇ ਨਹੀਂ ਗਏ, ਵਾਹਿਗੁਰੂ ਇਹ ਬੂਟੇ ਮੈਨੂੰ ਮਾਤਾ ਸਾਹਿਬ ਕੌਰ ਨੇ ਪਾਲਣ ਨੂੰ ਦਿੱਤੇ ਨੇ, ਵਾਹਿਗੁਰੂ ਤੁਸੀਂ ਕਿੰਨਾ ਕੁ ਪਾਲ ਰਹੇ ਹੋ ਬੂਟਿਆਂ ਨੂੰ, ਜਿਸ ਤਰ੍ਹਾਂ ਤੂੰ ਗੋਦ 'ਚ ਲੈ ਕੇ ਬੈਠਾ ਹੈ ਇਹਨਾਂ ਨੂੰ ਹਾਜ਼ਰੀ ਰੋਜ਼ ਲਵਾਓ ਗੁਰਦੁਆਰੇ ਤੁਹਾਡੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਕਿਤਨਾ ਬੱਚਿਆਂ ਦੀ ਮੱਤ ਮੈਲੀ ਹੋ ਜੂਗੀ ਜਦੋਂ ਤੁਸੀਂ ਰੋਜ਼ ਗੁਰੂ ਦੇ ਮੱਥੇ ਲਾਓਗੇ ਉਹਨਾਂ ਨੂੰ। ਗੁਰੂ ਦੇ ਮੱਥੇ ਨਹੀਂ ਲਾਉਂਦੇ 6-6 ਮਹੀਨੇ, ਜਿੱਦਣ ਕਦੀ ਗੁਰਪੁਰਬ ਹੁੰਦਾ ਹੈ ਉਦਣ ਆਣ ਕੇ ਮੱਥਾ ਟਿਕਾਇਆ ਆਏ ਲੰਗਰ ਛਕਿਆ ਘਰ ਨੂੰ ਚਲੇ ਗਏ, ਇਹਨਾਂ ਨੂੰ ਰੋਜ਼ ਲਿਆਓ ਹਰ ਗਾਓ ਮੰਗਲ ਨਿੱਤ ਸਕੀਏ ਸੋਗ ਦੁੱਖ ਨਾ ਵਿਆਪੇ। ਵਾਹਿਗੁਰੂ ਉਹਨੂੰ ਮੈਂ ਪੁੱਛਣਾ ਮੈਂ ਪੋਤੇ ਕਿਤਨਾ, ਕਹਿੰਦੀ ਖਾਲਸਾ ਜੀ ਇਹ ਬੂਟੇ ਨੇ ਪਲਾਂਟ ਮੈਨੂੰ ਮਾਤਾ ਸਾਹਿਬ ਕੌਰ ਨੇ ਦਿੱਤੇ ਵੀ ਆਹ ਲੈ ਇਹਨਾਂ ਨੂੰ ਪਾਲ ਕੇ ਤੇ ਸਿੱਖੀ ਦੇ ਬਾਗ ਵਿੱਚ ਲਾ ਦੀ, ਵਾਹਿਗੁਰੂ ਤੇ ਅੱਜ ਮੈਂ ਇੱਥੇ ਤੁਹਾਡੇ ਚੋਂ ਕੋਈ ਉੱਡਾ ਉੱਚਾ ਲੰਮਾ ਬੱਚਾ ਨਹੀਂ ਵੇਖਿਆ ਜਿਹੜਾ 6.25 ਫੁੱਟ ਲੰਬਾ ਬੱਚਾ, ਦੋਵੇਂ 6.25 ਫੁੱਟ ਲੰਬੇ, ਤੇ ਅੱਜ ਯੂਨੀਵਰਸਿਟੀ ਬਰਕਲੇ ਯੂਨੀਵਰਸਿਟੀ ਚ ਪੜ੍ਹਨ ਜਾਂਦੇ ਨੇ ਪਿੱਛੇ ਢਾਲਾਂ ਪਾ ਕੇ ਤੇ ਅੱਗੇ ਗਲ ਚ ਪਾ ਕੇ ਗੋਲ ਦਮਾਲੇ ਦਮਾਲੇ ਬੰਨ ਕੇ ਉੱਤੋਂ ਦੀ ਚੱਕਰ ਪਾ ਕੇ, ਤੇ ਮੈਂ ਕਿਹਾ ਤੁਹਾਨੂੰ ਕਿਸੇ ਨੇ ਕਦੀ ਪੁੱਛਿਆ ਨੀ, ਕਹਿੰਦੇ ਕਾਲੇ ਗੋਰੇ ਕਾਲੇ ਗੋਰੇ ਚੀਨੇ ਜਿੰਨੇ ਸਟੂਡੈਂਟ ਨੇ ਅੱਗੇ ਆਣ ਭਰ ਭਰ ਕੇ ਬੇਨਤੀਆਂ ਕਰਦੇ ਸਾਡੇ ਨਾਲ ਸੈਲਫੀ ਲੈ ਲਓ, ਇਹ ਸਰੂਪ ਕਿਹੜਾ ਹੈ, ਇਹ ਕਿੱਥੋਂ ਸਰੂਪ ਤੁਹਾਨੂੰ ਮਿਲਿਆ। ਸਿੱਖਾ ਤੂੰ ਗਿਲਟੀ ਨਾ ਸਮਝ ਇਸ ਸਰੂਪ ਵਿੱਚ, ਇਹ ਮੁਨਵਰ ਦਾ ਸਰੂਪ ਆ, ਇਹ ਦੇਵਤਿਆਂ ਤੋਂ ਉੱਤੇ ਦਾ ਸਰੂਪ ਆ ਜਿਹੜਾ ਰੱਬ ਨੇ ਆਹ ਸਾਨੂੰ ਦਿੱਤਾ ਹੈ, ਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲੋ ਵੀ ਇਹ ਮਾਤਾ ਸਾਹਿਬ ਕੌਰ ਦੇ ਬੱਚੇ ਨੇ, ਮੇਰੀ ਡਿਊਟੀ ਲਾਈ ਵੀ ਇਹਨਾਂ ਨੂੰ ਪਾਲ ਕੇ ਤੇ ਸਿੱਖੀ ਦੇ ਬਾਗ ਚ ਲਾ ਦੇ। ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ। ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ, ਤੇ ਤੇਰੇ ਕੀਤਿਆਂ ਕੁਛ ਨੀ ਹੋਣਾ, ਕਹੋ ਨਾਨਕ ਸੁਣ ਰੇ ਮਨਾ ਹਰ ਪਾਵੈ ਸੋਏ।
ਪੈਸੇ ਕਮਾਏ ਵੀ ਸੁਖ ਮਾਣਾਂਗੇ, ਉਸ ਪੈਸੇ ਨੇ ਤੈਨੂੰ ਦੁੱਖ ਦੇ ਤੇ ਜਿੱਦਣ ਫਿਰ ਕੀ ਕਰੇਗਾ? ਵਾਹਿਗੁਰੂ ਦਿੰਦਾ ਹੈ ਕਿ ਨਹੀਂ? ਬੋਲੋ ਨਾ, ਚਿੱਥ ਕੇ ਬੋਲੋ। ਪੈਸੇ ਮੰਗਦਾ ਰਿਹਾ ਮੰਗਦਾ ਰਿਹਾ, ਤੇ ਬਹੁਤ ਸਾਰੇ ਪੈਸੇ ਵਾਲੇ ਲੋਕੀ ਮੈਂ ਇੰਨੇ ਦੁਖੀ ਵੇਖੇ ਜਿਨ੍ਹਾਂ ਦੇ ਸੁੱਖ ਲਾਗੋਂ ਦੀ ਨਹੀਂ ਲੰਘਿਆ। ਵਾਹਿਗੁਰੂ ਹੁਣ ਇਹ ਦੁੱਖ ਤੇ ਸੁੱਖ ਕਿਹਦੇ ਹੱਥ ਵਾਸੀ? ਰੱਬ ਦੇ ਚ। ਵਾਹਿਗੁਰੂ ਹਾਰ ਭਾਵੇ ਸੋ ਹੋਏ, ਤੇਰੇ ਪੈਸਿਆਂ ਨਾਲ ਥੋੜਾ ਸੁੱਖ ਹੋਣੇ ਸੀ, ਫਿਰ ਤੇ ਕੋਈ ਬਿਮਾਰੀ ਨਾ ਹੋਵੇ ਅਮੀਰ ਬੰਦਾ। ਆਖੋ ਵਾਹਿਗੁਰੂ। ਵਾਹਿਗੁਰੂ ਜਗਤ ਭਿਖਾਰੀ ਫਿਰਤ ਹੈ, ਬੋਲੋ ਜਰਾ। ਜਗਤ ਭਿਖਾਰੀ ਫਿਰਤ ਹੈ, ਸਾਰਾ ਜਗਤ ਭਿਖਾਰੀ ਭਿਖਾਰੀਆਂ ਵਾਂਗੂ ਫਿਰਦਾ ਹੈ, ਮਗਰ ਭਾਗਾਂ ਵਾਲੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਸਭ ਕੋ ਦਾਤਾ, ਬੜੇ ਮੰਗਦੇ ਫਿਰਦੇ ਨੇ, ਬੜੇ ਮੰਗਦੇ ਫਿਰਦੇ। ਇੱਥੇ ਤੁਹਾਡੇ ਸ਼ਹਿਰ ਚ ਪਤਾ ਲੱਗ ਜੇ ਸਹੀ ਵੀ ਫਲਾਣੇ ਦੇ ਘਰ ਆਇਆ ਕੋਈ ਤੰਤਰਕ ਆਇਆ, ਕੋਈ ਕਾਲੇ ਮੰਤਰ ਵਾਲਾ ਆਇਆ, ਕੋਈ ਜੰਤਰ ਵਾਲਾ ਆਇਆ, ਕੋਈ ਸ਼ਬਦ ਲਿਖ ਕੇ ਦੇਣ ਵਾਲਾ ਆਇਆ। ਮੈਂ ਪਿੱਛੇ ਪਰਤ ਸੁਣਾ ਕੇ ਆਇਆ, ਬਾਬਾ ਕਰਤਾਰ ਸਿੰਘ ਜੀ ਖਾਲਸਾ ਸੁਣਿਆ? ਵਾਹਿਗੁਰੂ ਵਾਲੇ ਭਾਈ ਅਮਰੀਕ ਸਿੰਘ ਦੇ ਬਾਪ ਬੰਬੇ ਕਥਾ ਕਰਨ ਗਏ ਤੇ ਉੱਥੇ ਘਰ ਆ, ਜਿਨ੍ਹਾਂ ਦੇ ਘਰ ਪ੍ਰਸ਼ਾਦਾ ਛਕਣਾ ਉਹ ਕੋਲ ਆਣ ਕੇ ਬਜ਼ੁਰਗ ਇਸ ਤਰ੍ਹਾਂ ਕਹਿੰਦੇ ਸਾਨੂੰ ਕੋਈ ਸ਼ਬਦ ਲਿਖ ਕੇ ਦੇ ਜੋ। ਸੁਣਿਓ ਵਾਹਿਗੁਰੂ, ਆ ਜਿਹੜੇ ਲਿਖ ਕੇ ਤੁਹਾਡੇ ਇੱਥੇ ਵਰਤਾਉਂਦੇ ਫਿਰਦੇ ਲੋਕ, ਉਹਨਾਂ ਨੂੰ ਪੁੱਛਿਓ ਵੀ ਕਰਤਾਰ ਸਿੰਘ ਵਾਲੀ ਮੱਤ ਦੇ ਸਾਧੂ ਬਣੋ। ਜਦੋਂ ਆਖਿਆ ਸ਼ਬਦ ਲਿਖ ਕੇ ਦੇ ਜੋ ਤੇ ਬਾਬੇ ਕਰਤਾਰ ਸਿੰਘ ਨੇ ਹੱਸ ਕੇ ਆਖਿਆ ਉਹ ਜਿਹੜੇ 1430 ਅੰਗ ਤੇ ਲਿਖੇ ਨੇ ਵਾਹਿਗੁਰੂ, ਉਹਨਾਂ ਨਾਲੋਂ ਮੈਂ ਵੱਡਾ ਵਾਂ। ਵਾਹਿਗੁਰੂ ਜਦੋਂ ਸਮੁੰਦਰੀ ਭਰਿਆ ਸ਼ਬਦਾਂ ਦੇ ਨਾਲ, ਉੱਥੋਂ ਪੜ੍ਹ ਲਓ ਜਿਹੜਾ ਦਿਲ ਕਰਦਾ ਪੜ੍ਹ ਲਓ, ਪੋਥੀਆਂ ਵਿੱਚ ਬਾਣੀ, ਗੁਟਕਿਆਂ ਚ ਬਾਣੀ, ਫਿਰ ਤੁਸੀਂ ਮੇਰੇ ਵਰਗੇ ਕਿਸੇ ਗੋਲ ਪੱਗ ਵਾਲੇ ਨੂੰ ਕਹਿੰਦੇ ਹੋ, ਫਿਰ ਉਹ ਕਹਿੰਦਾ ਆਹ ਸ਼ਬਦ ਪੜ੍ਹਿਆ ਕਰੀ ਤੁਹਾਡੇ ਘਰ ਪੈਸੇ ਆਉਣਗੇ। ਹਾਲਾ ਸੁਣ ਲਓ, ਨਹੀਂ ਪਤਾ ਲੱਗਾ ਮੈਂ ਕੀ ਕਹਿਣਾ ਚਾਹੁੰਦਾ, ਮੇਰੀ ਭਾਵਨਾ ਸਮਝ ਰਹੇ ਹੋ? ਆਹ ਸ਼ਬਦ ਪੜ੍ਹਿਆ ਕਰੀ ਤੁਹਾਡੇ ਘਰ ਪੈਸੇ ਆਉਣਗੇ। ਬਾਣੀ ਪੈਸੇ ਨਹੀਂ ਪੜ੍ਹਨੀ ਸੀ, ਬਾਣੀ ਤੇ ਇਸ ਕਰਕੇ ਪੜ੍ਹਨੀ ਸੀ ਵੀ ਅਨੰਤ ਜਨਮਾਂ ਦਾ ਵਿਛੜਿਆ ਸਾ ਐਰਕਾ ਮਨੁੱਖਾ ਦੇਹ ਮਿਲੀ ਤੇ ਬਾਣੀ ਪੜ੍ਹ ਪੜ੍ਹ ਕੇ ਮੈਂ ਉਹਦਾ ਸਰੂਪ ਹੋ ਜਾਊਂ, ਇਸ ਕਰਕੇ ਪੜ੍ਹਨੀ ਸੀ। ਤੁਸੀਂ ਬੜਾ ਛੋਟਾ ਜਿਹਾ ਮੁੱਲ ਪਾਇਆ ਬਾਣੀ ਦਾ। ਆਹ ਯੂਟਿਊਬ ਤੋਂ ਕੱਢ ਕੇ ਵੇਖੋ ਜਿਹਨੇ ਲਿਖਿਆ ਨਾ ਆਹ ਸ਼ਬਦ ਪੜ੍ਹੋਗੇ ਤੁਹਾਡੇ ਘਰ ਆਹ ਆਊ, ਆਹ ਸ਼ਬਦ ਪੜ੍ਹੋਗੇ ਕਲੇਸ਼ ਨਿਕਲ ਜੂ, 2.5 ਲੱਖ ਵਿਊ ਥੱਲੇ ਬੈਠੇ ਵਾਹਿਗੁਰੂ ਪੜ੍ਹ ਕੇ। ਤੇ ਉਹ ਕੁਝ ਕਰਨ ਵਾਲੇ ਵੀ ਅੱਧੀ ਰਾਤ ਜੋਤ ਜਗਾ ਕੇ ਬਾਣੀ ਪੜ੍ਹੋ ਜੀ ਤੁਹਾਡੇ ਘਰ ਆਹ ਕੁਝ ਆਊਗਾ। ਸਿੱਖਾ ਬਾਣੀ ਇਸ ਕਰਕੇ ਪੜ੍ਹ ਵੀ ਮੈਂ ਜਨਮਾਂ ਦਾ ਵਿਛੜਿਆ ਰੱਬ ਨੂੰ ਮਿਲ ਜਾਂ, ਇਸ ਕਰਕੇ ਬਾਣੀ ਪੜ੍ਹ। ਆ ਵੇਖੋ ਜਗਤ ਭਿਖਾਰੀ ਫਿਰਤ ਰਹਿ ਸਭ ਕੋ ਦਾਤਾ ਰਾਮ, ਕਹੁ ਨਾਨਕ ਮਨ ਸਿਮਰ ਤਿਹੇ ਤਿਹੇ। ਵੇਖੋ ਤੱਤੇ ਨੂੰ ਸਿਆਰੀ ਤੇ ਆ ਲਾਲ ਰੰਗ ਚ ਪਾਏ, ਇੱਥੇ ਲਿਆ ਕੇ ਖਿਲਾ ਰਿਹਾ ਉਸ ਮਾਲਕ ਨੂੰ ਸਿਮਰ ਜਿਹੜਾ ਸਾਰਿਆਂ ਦਾ ਦਾਤਾ ਹੈ। ਪੂਰਨ ਹੋਵੇ, ਬੋਲੋ ਹਾਂ ਪੂਰਨ ਹੋਵੇ, ਭੁੱਲਾਂ ਨਾ ਤਾਰੀਆਂ ਜੀ, ਅਸੀਸ ਬਖਸ਼ੋ। ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਜ਼ਰੂਰੀ ਹੈ, ਹਰ ਸਿੱਖ ਦਾ ਅੰਮ੍ਰਿਤ ਧਾਰੀ ਹੋਣਾ ਗੁਰੂ ਕੇ ਸਿੱਖੋ ਜ਼ਰੂਰੀ ਹੈ। ਇੱਕ ਨੋਟ ਤੁਹਾਡਾ ਇੱਥੇ ਰੱਖਿਆ ਹੋਣਾ ਕੋਈ ਨਾ ਕੋਈ ਮੇਰੇ ਲਈ ਵੀ, ਇਸ ਨੋਟ ਦੇ ਉੱਤੇ ਜੇ ਮੋਹਰ ਨਾ ਆਸਟ੍ਰੇਲੀਆ ਗੌਰਮੈਂਟ ਦੀ ਹੋਵੇ ਤਾਂ 1 ਪੈਸਾ ਦਾ ਮੁੱਲ ਹੈਗਾ। ਵਾਹਿਗੁਰੂ ਬੋਲੋ, ਤੁਸੀਂ ਸਿੱਖੀ ਦੇ ਬਣੇ ਨੋਟ ਹੋ, ਦਾੜਾ ਤੁਹਾਡੇ ਕੋਲ ਹੈਗਾ, ਸਾਰਾ ਇਹਦੀ ਪ੍ਰਿੰਟਿੰਗ ਪੂਰੀ ਹੋਈ ਹੋਵੇ, ਮਗਰ ਇੱਥੇ ਮੋਹਰ ਨਾ ਹੋਵੇ 1 ਪੈਸਾ ਮੁੱਲ ਹੈਗਾ। ਜਿਹੜੇ ਸਿੱਖ ਨੇ ਦਾੜਾ ਰੱਖਿਆ, ਕੇਸ ਰੱਖੇ, ਸਭ ਕੁਝ ਰੱਖਿਆ ਹੈ, ਤੇ ਜੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ 5 ਕਕਾਰਾਂ ਦੀ ਮੋਹਰ ਨਹੀਂ ਨਾ ਲੱਗੀ, 1 ਪੈਸਾ ਮੁੱਲ ਨੀਗਾ। ਵਾਹਿਗੁਰੂ, ਛੇਤੀ ਤੋਂ ਛੇਤੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਪੜ੍ਹਿਆ ਕਰੋ, ਕਿਉਂਕਿ ਤੁਹਾਡੇ ਘਰਾਂ ਦੇ ਵਿੱਚ
ਸੁਖ ਆਉਣ, ਦੁੱਖ, ਰੋਗ, ਸੰਤਾਪ ਉਤਰੇ, ਕੀ ਕੀਤਾ? ਸੁਣੀ ਸੱਚੀ ਬਾਣੀ। ਤੁਹਾਡੇ ਘਰਾਂ ਚ ਤੁਸੀਂ ਬਾਣੀ ਉੱਚੀ ਉੱਚੀ ਪੜੋ, ਤੁਹਾਡਾ ਬੱਚਾ ਸੁਣੇ। ਵਾਹਿਗੁਰੂ। ਬੱਚਾ ਪੜ੍ਹੇ ਤੇ ਤੁਸੀਂ ਸੁਣੋ। ਵਾਹਿਗੁਰੂ। ਘਰਾਂ ਦੇ ਵਿੱਚੋਂ ਦੁੱਖ ਦਲਿੱਦਰ ਦੌੜ ਜਾਣਗੇ, ਭੁੱਲਾਂ ਨਾ ਤਾਰਨੀਆਂ। ਅਸੀਸ ਦਿਓ। ਅੱਜ ਦਾ ਦਿਨ ਆਸਟ੍ਰੇਲੀਆ ਦੀ ਧਰਤੀ ਤੇ ਪ੍ਰਚਾਰ ਦਾ ਸੀ, ਅੰਮ੍ਰਿਤ ਸੰਚਾਰ ਵੀ ਹੋਇਆ ਹੈ, ਬੇਅੰਤ ਬੱਚਿਆਂ ਨੇ ਗੁਰਪ੍ਰੀਤ ਸਿੰਘ ਕੇਸ ਵੀ ਅਰਕਾ ਰੱਖਿਆ। ਤੂੰ ਰੱਖਣੇ ਹੁਣ? ਆ ਜਾ ਫਿਰ, ਚੱਲ ਵੀ ਉੱਠ ਪਾਓ ਇਹਦੇ ਗੱਲ। ਬੋਲੇ ਸੋਨਿਆਲ ਸ੍ਰੀ ਅਕਾਲ। ਵੇਖੋ ਭਰਿਆ ਤੇ ਪਹਿਲੋਂ ਹੀ ਸੀ ਬੱਚਾ। ਵਾਹਿਗੁਰੂ। ਛੇਪ ਹੋਣ ਦੇ ਬਾਵਜੂਦ ਵੀ ਜਿੰਨੀ ਪਕੜ ਇਹਦੀ ਬਾਣੀ ਚ ਸੀ ਨਾ, ਮੈਂ ਨੀ ਸਭ ਵੇਖ ਰਿਹਾ ਵੀ ਹੋਰ ਵੀ ਕਿਸੇ ਦੀ ਹੋਵੇ। ਵੇਖੋ ਕਲਗੀਧਰ ਪਾਤਸ਼ਾਹ ਨੇ ਬਾਹੋਂ ਫੜ ਕੇ ਸੱਦ ਕੇ ਸਰੂਪਾ ਦੇ ਦਿੱਤਾ, ਲੈ ਪੁੱਤਰਾ। ਤੇ ਇਸ ਤਰ੍ਹਾਂ ਬ੍ਰਿਸਬਿਨ, ਐਡੀਲੇਡ, ਜਿਹੜੇ ਜਿਹੜੇ ਸ਼ਹਿਰ ਚ ਗਿਆ, ਕਾਫੀ ਬੱਚਿਆਂ ਨੇ ਕੇਸ ਤੇ ਦਾੜੇ ਰੱਖੇ ਨੇ। ਸਾਡਾ ਪ੍ਰਚਾਰਕਾਂ ਦਾ ਆਉਣ ਦਾ ਇਹ ਮਕਸਦ ਹੁੰਦਾ ਹੈ ਵੀ ਕਿਸੇ ਨੂੰ ਪ੍ਰੇਰ ਕੇ ਸਿੱਖੀ ਨਾਲ ਜੋੜੀਏ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ। ਇਹ ਮਾਇਆ ਜਿੰਨੀ ਦਿੱਤੀ ਤੁਸੀਂ ਗੁਰੂ ਘਰ ਦੇ ਕੋਲ ਕੁਝ ਪ੍ਰਮਾਣ ਕਰ ਲਿਓ। ਦਾਸ ਨੇ ਮਾਇਆ ਸਾਰਾ ਸਮਾਂ ਨਹੀਂ ਲੈਂਦਾ। ਆਪ ਜੀ ਮੈਨੂੰ ਅਸੀਸ ਦਿਓ, ਮੇਰਾ ਇੱਕ ਇੱਕ ਸਵਾਸ ਗੁਰੂ ਪੰਥ ਦੀ ਸਿੱਖੀ ਦੇ ਪ੍ਰਚਾਰ ਚ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।